दूरदर्शन ਜਲੰਧਰ ਦੇ ਵਿਹੜੇ ਬੈਠੇ ਤੇ ਦੇਸ਼ ਵਿਦੇਸ਼ ਵਿੱਚ ਆਪਣੇ ਆਪਣੇ ਸੋਹਣੇ ਘਰਾਂ ਵਿੱਚ ਟੀਵੀ ਸਕਰੀਨ ਅੱਗੇ ਹੱਥ ਵਿੱਚ ਰਿਮੋਟ ਫੜੀ ਬੈਠੇ ਪੰਜਾਬੀ ਪ੍ਰੇਮੀਆਂ ਪ੍ਰੋਗਰਾਮ ਸਾਹਿਦ ਦੇ ਅੰਗ ਸੰਗ ਲੈ ਕੇ ਤੁਹਾਡੇ ਰੂਬਰੂ ਆ ਮੈਂ ਹਰ ਹਫ਼ਤੇ ਇਸ ਪ੍ਰੋਗਰਾਮ ਰਾਹੀਂ ਅਸੀਂ ਮੌਕਾ ਦਿੰਨੇ ਆ ਆਪਣੇ ਆਪ ਨੂੰ ਸਾਹਿਦ ਦੇ ਅੰਗ ਸੰਗ ਵਿਚਰਨ ਦਾ ਸਾਹਿਤ ਇੱਕ ਜਿਹਾ ਸ਼ਬਦ ਬਣ ਗਿਆ ਕਿ ਨਵੀਂ ਪੀੜ੍ਹੀ ਨੂੰ ਇੰਜ ਲੱਗਦਾ ਕਿ ਪਤਾ ਨਹੀਂ ਇਹ ਸਾਡਾ ਸਬਜੈਕਟ ਨਹੀਂ ਹੈ ਜਿਨੂੰ ਅੰਗਰੇਜ਼ੀ ਚ ਕਿਹਾ ਜਾਂਦਾ ਇਟਸ ਨਾਟ ਮਾਈ ਕੱਪ ਆਫ ਟੀ ਉਹ ਨੱਚਦੇ ਆ ਗਾਉਂਦੇ ਆ ਇਹ ਕਸੂਰ ਇਸ ਪੀੜੀ ਦਾ ਨਹੀਂ ਸਾਡਾ ਕਸੂਰ ਹੈ ਅਸੀਂ ਸਹਿਤ ਨੂੰ ਕੈਸੀ ਵਸਤੂ ਬਣਾਤਾ ਕਿ ਤੁਹਾਡੇ ਸਮਝ ਆਣ ਵਾਲੀ ਚੀਜ਼ ਨਹੀਂ ਜਾਂ ਤੁਹਾਡਾ ਇੰਟਰਸਟ ਨਹੀਂ ਪਰ ਇਸ ਪ੍ਰੋਗਰਾਮ ਰਾਹੀਂ ਅਸੀਂ ਹਰ ਵਾਰ ਵਿਦਿਆਰਥੀਆਂ ਨੂੰ ਬੁਲਾਉਂਦੇ ਆ ਜਦੋਂ ਵਿਦਿਆਰਥੀ ਜਾਂਦੇ ਨੇ ਤੇ ਨਾਲ ਲੇਖਕਾਂ ਨੂੰ ਮਿਲਣ ਤੋਂ ਬਾਅਦ ਇਹਨਾਂ ਦੀਆਂ ਕਿਤਾਬਾਂ ਵੀ ਪੜ੍ਹਦੇ ਨੇ ਅੱਜ ਦੇ ਪ੍ਰੋਗਰਾਮ ਵਿੱਚ ਵੀ ਅਸੀਂ ਬਹੁਤ ਵੱਡੇ ਵੱਡੇ ਲੇਖਕਾਂ ਨੂੰ ਬੁਲਾਇਆ ਜੋ ਤੁਹਾਡੇ ਰੂਬਰੂ ਬੈਠੇ ਨੇ ਮੈਂ ਤੁਹਾਡੀ ਇੰਟਰੋਡਕਸ਼ਨ ਕਰਵਾਉਣ ਲੱਗਿਆ ਸਾਡੇ ਪੰਜਾਬੀ ਦੇ ਬਹੁਤ ਵੱਡੇ ਨਾਵਲਕਾਰ ਮਿੱਤਰ ਸਿੰਘ ਮੀਤ ਜੀ ਪੰਜਾਬੀ ਨਾਵਲ ਦੇ ਇਸ ਵੇਲੇ ਉਹਨਾਂ ਆਲੋਚਕਾਂ ਵਿੱਚੋਂ ਇੱਕ ਨਾਂ ਜਿਨ੍ਹਾਂ ਨੇ ਪੰਜਾਬੀ ਨਾਵਲ ਲੋਚਨਾ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ਡਾਕਟਰ ਗੁਰਪਾਲ ਸਿੰਘ ਸੰਧੂ ਪੰਜਾਬੀ ਕਹਾਣੀ ਤੇ ਪੰਜਾਬੀ ਮਿੰਨੀ ਕਹਾਣੀ ਦੇ ਵਿਸ਼ੇਸ਼ ਤੌਰ ਤੇ ਹਸਤਾਖਰ ਕਰਮਵੀਰ ਸੂਰੀ ਜੀ ਤੇ ਨਵੀਂ ਪੀੜ੍ਹੀ ਦੀ ਕਵਿਤਰੀ ਅਮਰਜੀਤ ਘੁੰਮਣ ਤੇ ਸਰ ਤੁਹਾਡੇ ਰੂਬਰੂ ਜਿਹੜੇ ਬੰਦੇ ਬੈਠੇ ਨੇ ਇਹ पीटीएम आर्य कॉलेज नूर महल ਦੇ ਵਿਦਿਆਰਥੀ ਨੇ ਆਪਣੇ ਪ੍ਰਿੰਸੀਪਲ ਡਾਕਟਰ ਤਰਜਿੰਦਰ ਸ਼ਾਹੀ ਆਪਣੇ ਟੀਚਰ ਮੈਡਮ ਨਵਜੀਤ ਗੋਰੀ ਜੀ ਦੇ ਨਾਲ ਆਏ ਨੇ ਤੇ ਇਸ ਦੇ ਨਾਲ ਹੀ ਸਾਡੇ ਕੋਲ ਗੈਸਟ ਆਫ ਆਨਰ ਦੇ ਤੌਰ ਤੇ ਸਾਡੇ ਵੱਡੇ ਲੇਖਕ ओमप्रकाश გასੋਂ ਜੀ ਇਸੇ ਤਰ੍ਹਾਂ ਕਹਾਣੀਕਾਰ ਪਵਨ ਪਰਿੰਦਾ ਜੀ ਤੇ ਪਰਸ਼ੋਤਮ ਜੀ ਬੈਠੇ ਨੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਜੀ ਤੇ ਲੋਹਣ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਸਾਡੇ ਕਈ ਸੈਗਮੈਂਟ ਨੇ ਜਿੱਚ ਵੀ ਤੁਸੀਂ ਵੀ ਸ਼ਾਮਲ ਹੋਵੋਗੇ ਪਹਿਲਾ ਸੈਗਮੈਂਟ ਹੈ ਮੇਰੀ ਸਿਰਜਣ ਪ੍ਰਕਿਰਿਆ ਸਾਡਾ ਵੱਡਾ ਲੇਖਕ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰੇਗਾ ਦੂਜਾ ਸੈਗਮੈਂਟ ਹੈ ਕਾਵ ਰੰਗ ਇੱਕ ਕਵਿਤਰੀ ਤੁਹਾਡੇ ਸਾਹਮਣੇ ਕਵਤਾਵਾਂ ਪੇਸ਼ ਕਰੇਗੀ ਫਿਰ ਤੀਜਾ ਸੈਗਮੈਂਟ ਹੈ ਆਲੋਚਕ ਦੀ ਨਜ਼ਰ ਵਿੱਚ ਆਲੋਚਕ ਕਿਵੇਂ ਇਸ ਲੇਖਕ ਨੂੰ ਦੇਖਦਾ ਚੌਥਾ ਸੈਗਮੈਂਟ ਹੈ ਨਿੱਕੀਆਂ-ਨਿੱਕੀਆਂ ਕਹਾਣੀਆਂ ਮਿੰਨੀ ਕਹਾਣੀਆਂ ਸੁਣੋਗੇ ਤੇ ਆਖਰੀ ਸੈਗਮੈਂਟ ਹੈ ਤੁਹਾਡਾ ਤੇ ਸਾਝਾ ਆਮਣੇ-ਸਾਹਮਣੇ ਲੋ ਜੀ ਸ਼ੁਰੂ ਕਰਨੇ ਪਰਮ ਸਭ ਤੋਂ ਪਹਿਲੇ ਮੇਰੀ ਸਿਰਜਣ ਪ੍ਰਕਿਰਿਆ ਸੋ ਮੈਂ ਬੜੇ ਮਾਨ ਸਤਿਕਾਰ ਨਾਲ ਆਪਣੇ ਵੱਡੇ ਵੀਰ ਪੰਜਾਬੀ ਦੇ ਮਯਾਨਾਜ਼ ਨਾਵਲਕਾਰ ਮਿੱਤਰ ਸੰਮੀਤ ਨੂੰ ਤੁਹਾਡੇ ਰੂਬਰੂ ਕਰ ਰਹੇ ਆਓ ਜੀ ਮਿੱਤੇ ਮੈਂ ਜੋ ਆਪਣਾ ਸਾਹਿਤਕ ਸਫਰ ਹੈ ਉਹ ਬਰਨਾਲੇ ਦੀ ਧਰਤੀ ਤੋਂ ਸ਼ੁਰੂ ਕੀਤਾ ਔਰ ਇਸ ਧਰਤੀ ਨੂੰ ਬਰਨਾਲਾ ਸਕੂਲ ਆਫ ਥੋਟ ਇਨ ਲਿਟਰੇਚਰ ਵੀ ਕਿਹਾ ਜਾਂਦਾ ਹੈ ਔਰ ਸਾਨੂੰ ਮਾਨ ਹੈ ਬਰਨਾਲੇ ਵਾਲਿਆਂ ਨੂੰ ਵੀ ਇੱਥੋਂ ਦੇ ਘੱਟੋ-ਘੱਟ 100 ਲੇਖਕਾਂ ਦੀ ਕਿਤਾਬ ਹੈ ਜਿਹੜੀ ਉਹ ਛਪ ਚੁੱਕੀ ਹੈ ਔਰ ਵੱਡੇ ਮਾਨ ਵਾਲੀ ਗੱਲ ਇਹ ਹੈ ਵੀ ਇੱਥੇ ਹਰ ਵੰਗੀ ਦਾ ਲੇਖਕ ਰਹਿੰਦਾ ਮੈਂ ਲੁਧਿਆਣੇ 'ਚ ਅੱਜਕੱਲ 20 ਸਾਲ ਤੋਂ ਰਹਿਣਾ ਉੱਥੇ ਵੀ ਤੁਹਾਨੂੰ ਇੰਨੇ ਸਹਿਯਤ ਕਰਨੀ ਮਿਲਦੇ ਲੁਧਿਆਣੇ 'ਚ ਵੀ ਪਰ ਬਰਨਾਲੇ ਦੇ ਵਿੱਚ ਅੱਜ ਤੋਂ ਪਹਿਲਾਂ 10 ਸਾਲ ਪਹਿਲਾਂ 10 ਨਾਵਲਕਾਰ ਸੀ ਜਿਨ੍ਹਾਂ 'ਚ 4 ਨਾਵਲਕਾਰ ਇੱਕ ਸਮੇਂ ਗਾਸੋ ਸਾਹਿਬ ਮੇਰਾ ਖਮੋਸ਼ੀ ਦਾ ਰਣਕੀ ਸਾਹਿਬ ਦਾ ਇੱਕੋ ਟਾਈਮ 'ਚ 4 ਨਾਵਲਕਾਰਾਂ ਦੇ ਨਾਵਲ ਯੂਨੀਵਰਸਿਟੀ 'ਚ ਲੱਗੇ ਰਹੇ ਆ ਕਹਾਣੀਕਾਰ ਆ ਉੱਥੇ ਮਸ਼ਹੂਰ ਉੱਥੇ ਕਵੀ ਨੇ ਉੱਥੇ ਆਲੋਚਕ ਨੇ ਇੱਕ ਛੋਟੇ ਜਿਹੇ ਸ਼ਹਿਰ 'ਚ ਹਰ ਤਰ੍ਹਾਂ ਦਾ ਜੋ ਲਟਰੇਰੀ ਫੀਲਡ ਆ ਉਹਦੇ 'ਚ ਲੋਕ ਕੰਮ ਕਰਦੇ ਆ ਤਾਂ ਉਹ ਜੀ ਇੱਕ ਪਾਵਨ ਧਰਤੀ ਦੇ ਉੱਤੇ ਮੇਰਾ ਜਿਹੜਾ ਸੀ ਜੀਵਨ ਜੀਵਨੀ ਕਹਿ ਲੋ ਕਿ 20 ਸਾਲ 20 ਕਿਲੋਮੀਟਰ ਦੂਰ ਜਿਹੜੀ ਇੱਕ ਪਿੰਡ ਹੈ ਉੱਥੋਂ ਮੇਰਾ ਜਨਮ ਹੋਇਆ ਤੇ ਉੱਥੇ ਮੈਂ ਵੇਚ ਰਿਆ ਸਾਰਾ ਜਿਹੜਾ ਐਕਸਪੀਰੀਅੰਸ ਹੈ ਮੇਰਾ ਲਿਖਣ ਦਾ ਉਹ ਉੱਥੋਂ ਹੀ ਪ੍ਰਾਪਤ ਕੀਤਾ ਹੈ ਅੱਜ ਵੀ ਮਾਨ ਵਾਲੀ ਗੱਲ ਹੈ ਵੀ ਸਾਡੇ ਤੋਂ ਪਹਿਲਾਂ 20 ਸਾਲ ਸੀਨੀਅਰ ਓਮ ਪ੍ਰਕਾਸ਼ ਗਾਸੋ ਜੀ ਇੱਥੇ ਬਿਰਾਜਮਾਨ ਹੈ ਤੇ ਮੇਰੇ ਨਾਲੋਂ 20 ਸਾਲ ਜੂਨੀਅਰ ਅਗਲੀ ਪੀੜ੍ਹੀ ਪਵਨ ਪਰੇਂਦਾ ਜੀ ਦੀ ਵੀ ਇੱਥੇ ਹਾਜ਼ਰ ਹੈ ਇਹ ਬਰਨਾਲੇ ਦੀ ਖਾਸੀਅਤ ਹੈ ਬੇਸ ਪ੍ਰੋਗਰਾਮ ਦੇ ਵਿੱਚ ਵੀ ਅੱਜ ਬਰਨਾਲੇ ਦੇ ਘੱਟੋ ਘੱਟ ਤਿੰਨ ਜਿਹੜੇ ਲੇਖਕ ਦੋ ਨਾਵਲਕਾਰ ਇੱਕ ਕਹਾਣੀਕਾਰ ਹਾਜ਼ਰ ਨੇ ਮੇਰਾ ਜਿਹੜੀ ਸਾਹਿਤਕ ਸਫਰ ਆ ਉੱਥੋਂ ਸ਼ੁਰੂ ਹੁੰਦਾ ਔਰ ਇਸੇ ਲਈ ਸ਼ਾਇਦ ਮੈਂ ਜਿਹੜਾ ਹੈਗਾ ਉਹ ਬਲੰਦੀਆਂ ਛੁਈਆਂ ਪਰ ਦੂਜੀ ਗੱਲ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਇਸ ਪ੍ਰੋਗਰਾਮ ਰਾਹੀਂ ਉਹ ਇਹ ਹੈ ਵੀ ਇੱਕ ਇੱਕ ਜਿਹੀ ਧਰਤੀ ਚੋਂ ਪੈਦਾ ਹੋ ਰਿਹਾ ਲੇਖਕ ਜਿਹਦੇ ਚ 100 ਲੇਖ ਲਿਖ ਰਿਹਾ ਔਰ 100 ਲੇਖਕਾਂ ਦੀ ਜਿਹੜੀ ਬਣ ਗਈ ਹੈ ਅਲੱਗ-ਅਲੱਗ ਹੈ ਕੋਈ ਸੁੱਤਾ ਨਾਗ ਲਿਖ ਰਿਹਾ ਉਸੇ ਟਾਈਮ ਚ ਸੁੱਤਾ ਨਾਗ ਤੁਹਾਨੂੰ ਪਤਾ ਹੈ ਨਾਗ ਕੀ ਹੈ ਸੌਂਦਾ ਕਦੋਂ ਕਦੋਂ ਉਹਨੂੰ ਜਗਾਉਣਾ ਕੋਈ ਲੋਕ ਲੇਖ ਟੀਸੀ ਦਾ ਬੇਰ ਲਿਖ ਰਿਹਾ ਹੈ ਟੀਸੀ ਦਾ ਬਿਰ ਮਹਾਵਰਾ ਹੈ ਸਾਡਾ ਇੱਕ ਸੁੰਦਰ ਔਰਤ ਨੂੰ ਅਸੀਂ ਲਿਖਦੇ ਹਾਂ ਕਿ ਕਿਵੇਂ ਪ੍ਰਾਪਤ ਕਰਨੀ ਹੈ ਇੱਕ ਲੋਖ ਲੇਖ ਉਸੇ ਦੌਰ ਚ ਲੋਹੇ ਲਾਖੇ ਲਿਖ ਰਿਹਾ ਹੈ ਕੱਪੜਵਾਸ ਲਿਖ ਰਿਹਾ ਹੈ ਔਰ ਤੇ ਫਿਰ ਇੱਕ ਮੇਰੇ ਵਰਗਾ ਜਿਹੜਾ ਲੇਖਕ ਹੈ ਜੋ ਉਹਨਾਂ ਤੋਂ ਜੂਨੀਅਰ ਆ 10 10 ਸਾਲ ਜਿਹਨਾਂ ਉਹਨਾਂ ਤੋਂ ਸਿੱਖ ਰਿਹਾ ਹੈ ਉਹ ਕੁਝ ਹੋਰ ਲਾਈਨ ਫੜਦਾ ਇੱਕੋ ਹੀ ਧਰਤੀ 'ਚ ਕੋਈ ਸਾਡਾ ਉਸਤਾਦ ਹੈ ਸਕੂਲ ਦਾ ਜੇ ਤੁਸੀਂ ਸਿੱਖਦੇ ਆ ਕੋਈ ਸਾਡਾ ਪ੍ਰੇਰਣਾ ਸਰੋਤ ਹੈ ਕੋਈ ਸਾਡੀ ਬਾਹ ਫੜ ਕੇ ਸਿਖਾਉਂਦਾ ਹੈ ਤੇ ਕੋਈ ਸਾਡਾ ਬਾਹਰੋਂ ਸਾਨੂੰ ਗਾਈਡ ਕਰਦਾ ਹੈ ਤੇ ਉਸ ਮਾਹੌਲ ਦੇ ਵਿੱਚ ਤੇ ਕਿਹੜਾ ਲੇਖਕ ਆਪਣੀ ਵੱਖਰੀ ਲਾਈਨ ਕਿਵੇਂ ਬਣਾ ਲੈਂਦਾ ਹੈ ਉਹਦੇ ਪਿੱਛੇ ਕੀ ਕੰਮ ਕਰ ਰਹੀਆਂ ਹੁੰਦੇ ਆ ਹਾਲਾਤ ਕੀ ਉਹਦੇ ਮਗਰ ਵਿਚਾਰਧਾਰਾ ਜਿਹੜੀ ਆ ਉਹਦੀ ਲੇਖਕ ਦੀ ਕਿਵੇਂ ਬਣਦੀ ਹੈ ਮੈਂ ਆਪਣੇ ਸਪੈਸੀਫਾਈਡ ਅਲੋਟਡ ਟਾਈਮ ਦੇ ਵਿੱਚ ਉਹਦੀ ਹੀ ਗੱਲ ਕਰੂੰਗਾ ਮੈਂ ਕਿੱਥੇ ਜੰਮਿਆ ਕਿਵੇਂ ਕੀਤਾ ਉਹ ਮੈਂ ਗੱਲਾਂ ਅਵਾਇਡ ਕਰੂੰਗਾ ਕਿਉਂਕਿ ਮੇਰੇ ਦੇ ਬਹੁਤ ਕੁਝ ਲਿਖਿਆ ਗਿਆ ਤੁਸੀਂ ਉਸ ਤੋਂ ਪੜ੍ਹ ਸਕਦੇ ਤਾਂ ਗੱਲ ਮੈਂ ਇਹ ਗੱਲ ਕਰਨੀ ਹੈ ਵੀ ਕੋਹੋ ਜੀ ਧਰਤੀ 'ਚ ਜਿੱਤੇ 100 ਲੇਖ ਪੈਦਾ ਹੋਇਆ ਅੱਜ ਵੀ ਹੈਗੇ ਆ ਜਿਹੜੇ ਜੇ ਨਾਵਲਕਾਰ ਵੀ ਨੇ ਕਹਾਣੀਕਾਰ ਵੀ ਨੇ ਕਵੀ ਵੀ ਨੇ ਆਲੋਚਕ ਵੀ ਨੇ ਉਹਨਾਂ ਦੇ ਵਿੱਚੋਂ ਇੱਕ ਮੈਂ ਵੱਖਰੀ ਲਾਈਨ ਕਿਵੇਂ ਅਡਾਪਟ ਕੀਤੀ ਕੀ ਹਾਲਾਤ ਬਣੇ ਵੀ ਮੈਂ ਇੱਕ ਇਹਨਾਂ ਨਾਲ ਇਹ ਕੋਈ ਇਹ ਨਹੀਂ ਵੀ ਮੈਂ ਇਹਨਾਂ ਨਾਲ ਵੱਡੀ ਗੱਲ ਕੀਤੀ ਹੈ ਇਹਨਾਂ ਨੇ ਆਪਣੇ ਫੀਲਡ 'ਚ ਵੱਡੀ ਗੱਲ ਕੀਤੀ ਹੈ ਪਰ ਮੈਂ ਜਿਹੜੀ ਵੱਖਰੀ ਇੱਕ ਗੱਲ ਲਈਏ ਉਹ ਕਿਉਂ ਲਈਆ ਕਿਉਂ ਮੇਰੀ ਸਥਾਪਤੀ ਹੋਈ ਉਹਦੀਆਂ ਗੱਲਾਂ ਮੈਂ ਤੁਹਾਡਾਂ ਨਾਲ ਸਾਂਝੀਆਂ ਕਰੂੰਗਾ ਤਾਂ ਜੇ ਤੁਹਾਨੂੰ ਪਤਾ ਲੱਗੇ ਵੀ ਲਿਟਰੇਚਰ ਪੈਦਾ ਕਿਵੇਂ ਹੁੰਦਾ ਤੁਸੀਂ ਲਿਟਰੇਚਰ ਪੜ੍ਹਦੇ ਹੋ ਉਹਨੂੰ ਮਾਨਦੇ ਹੋ ਆਲੋਚਕ ਉਹਨਾਂ ਜੋ ਗੱਲਾਂ ਕੱਢਦੇ ਆ ਮੈਂ ਉਹਦੋਂ ਵੀ ਇੱਕ ਵੱਖਰੀ ਗੱਲ ਇਹ ਕਰਦਾ ਵੀ ਉਹ ਸਾਹਿਤ ਜਿਹਨੂੰ ਅਸੀਂ ਪ੍ਰਵਾਨ ਕਰ ਲੈਂਦੇ ਆ ਮੈਂ ਵੱਡਾ ਨਹੀਂ ਕਹਿੰਦਾ ਜਿਹਨੂੰ ਅਸੀਂ ਪ੍ਰਵਾਨ ਕਰ ਲੈਂਦੇ ਆ ਜਿਹਨੂੰ ਪਾਠਕ ਪੜ੍ਹਨ ਲੱਗ ਜਾਂਦੇ ਆ ਜਿਹਦੇ ਬਾਰੇ ਗੱਲਾਂ ਹੁੰਦੀਆਂ ਜਿਹਨੂੰ ਫਿਰ ਅਸੀਂ ਕਲਾਸਿਕ ਕਹਿਣ ਲੱਗ ਜਾਂਦੇ ਆ ਉਹ ਕਿਵੇਂ ਪੈਦਾ ਕਿਵੇਂ ਹੁੰਦਾ ਲੇਖ ਚ ਤਾਂ ਉਹ ਜਿਹੜੀ ਵੱਖਰਤਾ ਦੀ ਗੱਲ ਆ ਮੈਂ ਕਰਨੀ ਆ ਪਹਿਲੀ ਗੱਲ ਜਿਹੜਾ ਹੈ ਮੇਰੇ ਫਾਦਰ ਸਾਹਿਬ ਪਟਵਾਰੀ ਸੀਗੇ ਔਰ ਜਦੋਂ ਮੇਰਾ ਜਨਮ ਹੋਇਆ 1952 ਚ ਉਦੋਂ ਵੀ ਉਹ ਪਟਵਾਰੀ ਸੀ ਤੇ ਪਟਵਾਰੀ ਅੱਜ ਕੱਲ ਦੇ ਨਹੀਂ ਸੀ ਉਦੋਂ ਸਾਰਾ ਸਰਵਿਸਮੈਨ ਜਿਹੜਾ ਆਪਣੇ ਪਿੰਡ 'ਚ ਹੀ ਰਹਿੰਦਾ ਸੀ ਤਾਂ ਮੇਰਾ ਇੱਕ ਜਨਮ ਹੈ ਜਿਹੜਾ ਇੱਕ ਪਿੰਡ 'ਚ ਹੋਇਆ ਔਰ ਪਹਿਲੇ 8 ਸਾਲ ਮੈਂ ਪਿੰਡ 'ਚ ਹੀ ਗੁਜ਼ਾਰੇ ਆ ਉਹ ਮੈਂ ਇਸ ਲਈ ਗੱਲ ਕਰਦਾ ਵੀ ਜਿਹੜਾ ਪਟਵਾਰੀ ਹੈ ਜੋ ਅਸੀਂ ਵੀ ਦੇਖਿਆ ਵੀ ਉਹਦੇ ਦਿਵਾਲੇ ਸਾਰੀ ਕਿਰਸਾਨੀਆਂ ਜਿਹੜੀ ਉਹਨਾਂ ਦਿਨਾਂ ਦੀ ਗੱਲ ਕਰਦੇ ਆ ਅੱਜ ਬੜਾ ਕੁਝ ਨੈਟ ਤੇ ਹੋ ਗਿਆ ਉਹਦੀ ਗੱਲ ਨਹੀਂ ਅੱਜ ਤੋਂ 64-65 ਸਾਲ ਪਹਿਲਾਂ ਜੋ ਪਟਵਾਰੀ ਸੀ ਸਾਰਾ ਪਿੰਡ ਦਾ ਜਿਹੜਾ ਵਾਤਾਵਰਨ ਸੀ ਉਹਦੇ ਦਿਵਾਲੇ ਘੁੰਮਦਾ ਸੀ ਤੇ ਅਸੀਂ ਵੀ ਅੱਜ ਕੱਲ ਦਾ ਬਲਡਨ ਨਹੀਂ ਸੀ ਪੜਾਈ ਦਾ ਵੀ ਬੱਚਾ ਆਉਂਦੇ ਇੱਧਰ ਉੱਧਰ ਉੱਧਰ ਨਹੀਂ ਫਰੀ ਸੀ ਸਾਰਾ ਮਾਹੌਲ ਤੇ 7-8 ਸਾਲ ਮੈਂ ਉਹਨਾਂ ਦੇ ਨਾਲ ਵਿੱਚੀ ਪਟਵਾਰ ਖਾਨਾ ਹੁੰਦਾ ਸੀ ਵਿੱਚੀ ਰੈਜ਼ੀਡੈਂਸ ਤੇ ਉਹਨਾਂ ਦੇ ਕੋਲੇ ਹੀ ਬੈਠੇ ਗੁਜ਼ਾਰੇ ਆ ਉਹ ਇੱਕ ਅਬੋਧ ਜਿਹੜਾ ਦਿਮਾਗ ਸੀਗਾ ਉਹਦੇ ਵਿੱਚ ਉਹਨਾਂ ਦੀਆਂ ਕਿਸਾਨੀਆਂ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਉਹ ਮੇਰੇ ਫੀਡ ਹੁੰਦੀਆਂ ਰਹੀਆਂ ਅੱਜ ਦੇ ਕੰਪਿਊਟਰ ਯੁੱਗ 'ਚ ਉਨਾਂ ਨੇ ਅੱਗੇ ਕਹਿਣਾ ਪਟਵਾਰੀ ਸਾਹਿਬ ਜਮ੍ਹਾਂਬੰਦੀ ਦਿਓ ਕਰਜ਼ਾ ਲੈਣਾ ਕਿਸੇ ਨੇ ਕੁਝ ਬਹੁਤੀ ਡਿਟੇਲ ਚ ਨਹੀਂ ਜਾਂਦਾ ਤਾਂ ਮੇਰੇ ਪਹਿਲੇ 8 ਸਾਲ ਜਿਹੜੇ ਸੀਗੇ ਉਹ ਕਰਸਾਨੀ ਨੂੰ ਸਮਝਣ ਤੇ ਲੱਗੇ ਕਿਉਂ ਕਰਸਾਨੀ ਇੰਨੀ ਗਰੀਬ ਹੈ ਕਿਉਂ ਕਰਜ਼ਾ ਲੈਂਦੀ ਹੈ ਕਿਉਂ ਮਿਹਨਤ ਕਰਕੇ ਵੀ ਰੋਲਦੀ ਹੈ ਇਹ ਸਵਾਲ ਉਦੋਂ ਹੀ ਪੈਦਾ ਹੋਣ ਲੱਗੇ ਅਚੇ ਤੌਰ ਤੇ ਫੇਰ ਮੇਰੇ ਫਾਦਰ ਸਾਹਿਬ ਨੂੰ ਲੋਕਾਂ ਨੇ ਗਾਈਡ ਕੀਤਾ ਵੀ ਸ਼ਹਿਰ ਚ ਆ ਜਾਓ ਅਸੀਂ ਬਰਨਾਲੇ ਘਰ ਲਿਆ ਫੇਰ 1968 ਦੇ ਵਿੱਚ ਮੈਂ 10ਵੀਂ ਕੀਤੀ ਕਾਲਜ ਦੇ ਵਿੱਚ ਜੁਆਇਨ ਕੀਤਾ ਤਾਂ ਗੁਰਸ਼ਰਨ ਸਿੰਘ ਉਹਨਾਂ ਦਿਨਾਂ 'ਚ ਛਾਏ ਹੋਏ ਸੀ ਗੁਰਸ਼ਰਨ ਭਾਜੀ ਨਾਟਕਕਾਰ ਤੇ ਨਕਸਲਾਈਟ ਮੂਵਮੈਂਟ ਸੀ ਜਿਹੜੀ ਉਹ ਆਪਣਾ ਜੋਰ ਫੜ ਰਹੀ ਸੀ ਔਰ ਸਾਡੇ ਮਾਲਵੇ ਦੇ ਇਸ ਬਰਨਾਲੇ ਖਿੱਤੇ 'ਚ ਮਾਨਸਾ ਬਰਨਾਲੇ ਦੇ ਵਿੱਚ ਪੂਰੇ ਜੋਰ ਤੇ ਸੀ ਉਹਨਾਂ ਦੇ ਪ੍ਰਭਾਵ 'ਇਟ ਜਿਹੜੇ ਸਾਡੇ ਕਈ ਨਾਲ ਪੜਦੇ ਮੁੰਡੇ ਛੱਡ ਗਏ ਸੀ ਕਲਾਸਾਂ ਆਪਣੀਆਂ ਤੇ ਨਾਲ ਰਲ ਗਏ ਸੀ ਨਕਸਲਾਈਟ ਮੂਵਮੈਂਟ 'ਚ ਤੇ ਉਹਨਾਂ ਦਾ ਪ੍ਰਭਾਵ ਕਬੂਲਿਆ ਤਾਂ ਉਹਨਾਂ ਨੇ ਸਾਨੂੰ ਹੋਰ ਸੂਝ ਦਿੱਤੀ ਬੀ ਕਿਉਂ ਹੈ ਇਹ? ਕਿਸਾਨੀ ਭੁੱਖੀ ਕਿਉਂ ਮਰਦੀ ਹੈ? ਤਾਂ ਇਹ ਜਿਹੜਾ ਮੇਰਾ ਇੱਕ ਥਾਟ ਵੱਖਰਾ ਟੀਸੀ ਦੇ 베ਰ ਤੋਂ ਜਾਂ ਸੁੱਤੇ 나ਗ ਤੋਂ ਬਣਿਆ ਇਹਦਾ ਤਿੰਨ ਹਲਾਤਾਂ ਨੇ ਮੈਨੂੰ ਬਦਲਿਆ ਕਿਸਾਨੀ ਦੀ ਸਮਝ, ਦਲਿਤ ਵਰਗ ਦੀ ਸਮਝ ਔਰ ਕਿਉਂ? ਉਹਦਾ ਜਵਾਬ ਮੈਨੂੰ ਇਸ ਮੂਮੈਂਟ ਨੇ ਦਿੱਤਾ ਇਸ ਕਰਕੇ ਜਿਹੜਾ ਮੇਰਾ ਸਟਰਕਚਰ ਹੈ ਉਹ ਥੋੜਾ ਜਿਹਾ ਬਾਕੀ ਲੇਖਾਂੋਂ ਇਸ ਲਈ ਵੱਖਰਾ ਹੈ। ਫੇਰ ਕੀ ਹੈ 1977 ਗੁਰਸ਼ਰਨ ਸਿੰਘ ਲੇਖਨ ਦੀ ਗੱਲ ਕਰੀਏ ਮੈਂ 67 ਦੇ ਵਿੱਚ ਹੀ ਪਹਿਲੀ ਕਹਾਣੀ ਮੇਰੀ ਬਾਲ ਸੰਦੇਸ਼ ਜਿਹੜਾ ਮੈਗਜ਼ੀਨ ਹੈ ਪ੍ਰੀਤ ਲੜੀ ਦਾ ਉਹਦੀ ਛਪ ਗਈ ਸੀ 1967 ਦੇ ਵਿੱਚ ਜਦੋਂ ਮੈਂ ਹਲੇ 9ਵੀਂ 10ਵੀਂ ਦਾ ਵਿਦਿਆਰਥੀ ਸੀ ਉਹ ਇਹ ਸਾਡੇ ਲੇਖਕਾਂ ਦਾ ਪ੍ਰਭਾਵ ਗਸੂਬ ਵਰਗਿਆਂ ਦਾ ਅਣਖੀ ਵਗੈਰਾ ਖਮੋਸ਼ ਇੰਦਰ ਸਿੰਘ ਖਮੋਸ਼ ਜਿਹੜੇ ਸਾਡੇ ਟੀਚਰ ਵੀ ਰਹੇ ਐ ਜਿਨ੍ਹਾਂ ਨੇ ਬਹੁਤ ਕੁਝ ਸਾਨੂੰ ਦਿੱਤਾ ਉਹਨਾਂ ਦੇ ਪ੍ਰਭਾਵ ਹੇਠ ਮੇਰੀ ਪਹਿਲੀ ਕਹਾਣੀ ਬਾਲ ਸੰਦੇਸ਼ ਦੇ ਵਿੱਚ ਛਪੀ ਇੱਕ ਹੋਰ ਲਿਖੀ ਉਤਸ਼ਾਹ ਤੋਕੇ ਉਹ 2-4 ਮਹੀਨਿਆਂ ਬਾਅਦ ਫੇਰ ਬਾਲ ਸੰਦੇਸ਼ ਛਪੀ ਤਾਂ ਮੇਰੀ ਸ਼ੁਰੂਆਤ 10ਵੀਂ ਕਲਾਸ ਦੇ ਵਿੱਚ ਹੀ ਹੋ ਗਈ ਸੀ ਔਰ 1971 ਚ ਮੇਰਾ ਪਹਿਲਾ ਨਾਂ ਬਲੱਗ ਦੇ ਬੀਜ ਗੁਰਸ਼ਰਨ ਭਾਜੀ ਨੇ ਛਾਪਿਆ ਜਦੋਂ ਬਲਰਾਸਾਨੀ ਯਾਦਗਾਰ ਪ੍ਰਕਾਸ਼ਨ ਵੀ ਹਲੇ ਸ਼ੁਰੂ ਨਹੀਂ ਸੀ ਹੋਇਆ ਤਾਂ ਉਹਨਾਂ ਦੀ ਸਰਦਲ ਮੈਗਜ਼ੀਨ ਕੱਢਦੇ ਸੀ ਉੱਚ ਕਹਾਣੀਆਂ ਮੇਰੀਆਂ ਲਗਾਤਾਰ ਛਪੀਆਂ ਔਰ ਮੈਂ ਇੱਕ ਵਿਚਾਰਧਾਰਾ ਦਾ ਕਹਾਣੀਕਾਰ ਔਰ ਨਾਵਲਕਾਰ ਦੇ ਤੌਰ ਤੇ ਸਥਾਪਿਤ ਹੋਇਆ 1972 ਜਦੋਂ ਤੁਸੀਂ ਬੀਏ ਦੇ ਸਟੂਡੈਂਟ ਸੀ ਮੈਂ 1971 ਚ ਬੀਏ ਦਾ ਸਟੂਡੈਂਟ ਸੀ ਤੁਹਾਡੇ ਵਰਗਾ ਉਦੋਂ ਮੇਰਾ ਪਹਿਲਾ ਨਾਵਲ ਛਪ ਗਿਆ ਸੀ ਔਰ ਉਸ ਟਾਈਮ ਉਸ ਵਿਚਾਰਧਾਰਾ ਚ ਪ੍ਰਚਲਿਤ ਹੋਇਆ ਸੀ ਅੱਜ ਤੱਕ ਵੀ ਉਸ ਨਾਵਲ ਦੀ ਗੱਲ ਹੁੰਦੀ ਹੈ ਤੋਂ ਕਹਾਣੀਆਂ ਉਉ ਸੀ ਮੇਰਾ ਇੱਕ ਦੌਰ ਸ਼ੋਰਟ 'ਚ 8-10 ਮਿੰਟ ਦੀ ਗੱਲ ਕਰੂੰਗਾ ਫਿਰ ਮੈਂ ਕਿਉਂਕਿ ਨਕਸਲਾਈਟ ਮੂਵਮੈਂਟ ਦਬ ਗਈ ਜਿੱਥੇ ਅਸੀਂ ਛੱਪਦੇ ਸੀ ਛੱਪ ਨੂੰ ਹਟ ਗਏ ਮੈਂ ਕਾਲਜ ਦੇ ਵਿੱਚ ਲਾਅ ਕਰਨ ਲਈ ਚੰਡੀਗੜ੍ਹ ਚਲਾ ਗਿਆ ਤੇ ਇੱਕ ਗੈਪ ਆ ਗਿਆ ਲਾਅ ਮੈਂ ਬੀਏ ਦੇ ਵਿੱਚ 골ਡ ਮੈਡਲਿਸਟ ਐ ਐਲ ਐਲਬੀ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਆ ਉੱਥੇ ਮੇਰੀ ਸੈਕੰਡ ਪੋਜੀਸ਼ਨ ਸੀ ਉਹਨਾਂ ਦਿਨਾਂ 'ਚ ਸੈਕੰਡ ਨੂੰ ਨਹੀਂ ਸੀ ਮਿਲਦਾ ਮੈਰਿਟ ਸਰਟੀਫਿਕੇਟ ਮੇਰੇ ਕੋਲ ਆ ਔਰ ਮੈਨੂੰ ਨਿਕਲਦੇ ਹੀ ਸਰਕਾਰੀ ਵਕੀਲ ਦੀ ਨੌਕਰੀ ਮਿਲ ਗਈ ਲੋਕਾਂ ਨਾਲ ਫੇਰ ਸੰਪਰਕ ਚਾਏ ਤਾਂ ਕਿਹਾ ਵੀ ਤੂੰ ਲਿਖ ਔਰ ਫੇਰ ਜਾਗੀ ਗੱਲ ਜੇ ਅਗਲੀ ਦੌਰ ਦੀ ਮੈਂ ਗੱਲ ਕਰਦਾ ਤੇ ਮੈਂ ਜਦੋਂ ਸਰਕਾਰੀ ਵਕੀਲ ਆਇਆ ਤਾਂ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਪੁਲਿਸ ਕਚਹਿਰੀ ਔਰ ਜੇਲ ਨਿਆਂਇ ਪ੍ਰਣਾਲੀ ਹੈ ਜਿਹੜੀ ਉਹਦਾ ਜਿਹੜਾ ਇੱਕ ਇੱਕ ਸਿਸਟਮ ਹੈ ਇਨਸਾਫ ਦਾ ਉਹਦੇ ਨਾਲ ਮੇਰਾ ਵਾਪਿਆ ਵੀ ਬੀਇੰਗ ਸਰਕਾਰੀ ਵਕੀਲ ਪੁਲਿਸ ਨਾਲ ਵੀ ਵਾਪੈਂਦਾ ਅਦਾਲਤਾਂ 'ਚ ਵੀ ਕੇਸ ਲੜਦੇ ਆ ਕੈਦੀਆਂ ਨਾਲ ਵੀ ਵਾਪੈਂਦਾ ਤਾਂ ਜਦੋਂ ਮੈਂ ਦੇਖਿਆ ਕਿ ਡਿਗਰੀ ਕਰਾਉਣ ਲੱਗੇ ਬੌਲਸ ਦਾ ਰੋਲ ਕੀ ਪੜਾਇਆ ਜਾਂਦਾ ਹੈ ਅਦਾਲਤ ਦਾ ਕੀ ਪੜਾਇਆ ਜਾਂਦਾ ਹੈ ਤੇ ਇੱਥੇ ਪ੍ਰੈਕਟੀਕਲੀ ਕੀ ਹੁੰਦਾ ਤਾਂ ਮੇਰੇ ਅੰਦਰ ਜੋ ਹੀ ਵਿਚਾਰ ਤਾਰਾ ਸੀ ਉਹ ਦੁਬਾਰਾ ਫੇਰ ਜਾਗੀ ਫੇਰ ਲੱਗਿਆ ਵੀ ਇਨਸਾਫ ਹੈ ਜਿਹੜਾ ਉਹ ਵੀ ਵੱਡੇ ਹੀ ਲੈ ਜਾਂਦੇ ਐ ਜਿਹੜੇ ਗਰੀਬ ਨੇ ਉਹ ਤਾਂ ਨਾ ਉਹਨਾਂ ਨੂੰ ਇਨਸਾਫ ਮਿਲਦਾ ਨਾ ਉਹਨਾਂ ਨੂੰ ਜੇਲ੍ਹ 'ਚ ਕੋਈ ਪੁੱਛਦਾ ਨਾ ਉਹਨਾਂ ਨੂੰ ਕੋਈ ਅਦਾਲਤ 'ਚ ਪੁੱਛਦਾ ਤਾਂ ਇਹ ਜਦੋਂ ਮੇਰੇ ਗੱਲ 'ਚ ਆਈ ਤਾਂ ਮੈਂ ਦੁਬਾਰਾ ਮਾਨ ਬਣਾ ਕੇ ਵੀ ਇੱਕੇ ਸਿਸਟਮ ਹੈ ਜਿਹਦੇ ਤੇ ਕੋਈ ਕੋਈ ਲਿਖਦਾ ਹੀ ਨਹੀਂ ਦੇ ਡਰਦੇ ਆ ਲੋਕ ਪੁਲਿਸ ਤੋਂ ਡਰਦੇ ਆ ਅਦਾਲਤ ਤੋਂ ਡਰਦੇ ਆ ਜੇਲ੍ਹ ਤੋਂ ਡਰਦੇ ਆ ਤੇ ਮੈਂ ਮਾਨ ਬਣਾਇਆ ਵੀ ਇਹ ਜਿਹੜੀਆਂ ਗੱਲਾਂ ਨੇ ਮੈਂ ਲਿਖੂਗਾ ਮੈਂ ਉਹਨਾਂ ਦੁਆਰਾ ਰਿਵਾਈਵ ਹੋ ਕੇ ਕਹਾਣੀਆਂ ਵੀ ਲਿਖੀਆਂ ਉਹ ਕਹਾਣੀਆਂ ਦੀ ਗੱਲ ਨਹੀਂ ਕਰਦਾ ਤਾਂ ਪਹਿਲਾ ਨਾਵਲ ਮੇਰਾ ਤਫਤੀਸ਼ 1990 ਦੇ ਵਿੱਚ ਛਪਿਆ ਉਹ ਸਾਰਾ ਪੁਲਿਸ ਦੀ ਵਰਕਿੰਗ ਨੂੰ ਪੇਸ਼ ਕਰਦਾ ਇੱਕ ਸਪਾਈ ਤੋਂ ਲੈ ਕੇ ਕੀ ਮਿਨਿਸਟਰ ਤੱਕ ਔਰ ਅੱਜ ਤੱਕ 26 ਮਾਸ ਹਾਲ ਚੱਲਦਾ ਉਹ ਕਿਤੇ ਨਾ ਕਿਤੇ ਸਲੇਵਿਸ਼ ਚ ਲੱਗਿਆ ਹੋਇਆ 7 ਸਾਲ ਪੰਜਾਬ ਯੂਨੀਵਰਸਿਟੀ ਜਿਹੜੀ ਇਤਕੀ ਬਦਲੇਆ ਗੁਰੂ ਨਾਨਕ ਦੇਵ ਜੁਨੀਵਰਸਿਟੀ ਜੋ ਉਸੇ ਸਾਲ ਲੱਗ ਗਿਆ ਐਮਏ ਚ ਕਿਤੇ ਨਾ ਕਿਤੇ ਹਲੇ ਵੀ ਚੱਲਦਾ ਉਹ ਨਾਵਲ ਦੀ ਅੱਜ ਤੱਕ ਚਰਚਾ 17 18 ਉਹਦੇ ਐਡੀਸ਼ਨ ਛਪ ਗਿਆ ਔਰ ਲੱਖਾਂ ਚ ਉਹ ਨਾਵਲ ਪੜਿਆ ਗਿਆ ਵੇਚਿਆ ਉਹ ਸੀ ਮੇਰਾ ਪਹਿਲਾ ਫਿਰ ਆ ਜਾਂਦਾ ਤਫਤੀਸ਼ ਤੋਂ ਬਾਅਦ ਕਚਹਿਰੀਆਂ ਚ ਜਿਹੜੇ ਫੜੇ ਲੋਕ ਆ ਉਹਨਾਂ ਦੇ ਚਲਾਨ ਪੇਸ਼ ਹੁੰਦੇ ਆ ਤਾਂ ਅਦਾਲਤਾਂ ਕੀ ਕਰਦੀਆਂ ਕੀ ਸਾਨੂੰ ਵਾਕੈ ਇਨਸਾਫ ਮਿਲਦਾ ਇਹ ਸਾਰਾ ਕੰਮ ਅਦਾਲਤਾਂ ਦੀ ਵਰਕਿੰਗ ਲਈ ਮੈਂ ਦੂਜਾ ਨਾਵਲ ਕਟਹਿਰਾ ਸੀ ਇਹ ਲਿਖਿਆ ਤੀਸਰਾ ਐਸੇ ਦਾ ਪਾਰਟ ਹੈ ਜਿਹੜੀ ਜੁਡੀਸ਼ੀਅਲ ਸਿਸਟਮ ਹੈ ਸਾਡਾ ਤੁਸੀਂ ਦੇਖਦੇ ਹੋ ਅਦਾਲਤਾਂ 'ਚ ਦੋ ਤਰ੍ਹਾਂ ਨਾਲ ਕੰਮ ਕਰਦਾ ਹੈ ਇੱਕ ਉਹ ਹੈ ਜਿਹਦੇ ਵਿੱਚ ਕਸੂਰਵਾਰ ਜਿਹੜੇ ਲੋਕ ਨੇ ਉਹ ਬਰੀ ਹੋ ਜਾਂਦੇ ਆ ਔਰ ਦੂਜਾ ਉਹ ਹੈ ਜਿਹੜੇ ਬੇਕਸੂਰ ਨੇ ਉਹ ਸਜ਼ਾ ਹੋ ਜਾਂਦੇ ਆ ਤਾਂ ਮੈਂ ਦੂਜਾ ਕਟਾਇਰੇ ਦੇ ਵਿੱਚ ਇਹ ਦੱਸਿਆ ਵੀ ਜਿਹੜੇ ਇਨੋਸੈਂਟ ਲੋਕ ਆ ਉਹ ਕਿੱਦਾਂ ਸਜ਼ਾ ਹੁੰਦੇ ਆ ਜਿਹੜੇ ਅਗਲਾ ਦੂਜਾ ਕੜੀ ਦੇ ਵਿੱਚ ਕੌਰਮ ਸਭਾ ਲਿਖਿਆ ਵੀ ਜਿਹੜੇ ਸਹੀ ਮਲਜ਼ਮ ਨੇ ਉਹ ਕਿਵੇਂ ਬਰੀ ਹੋ ਜਾਂਦੇ ਆ ਉਹਨਾਂ ਦਾ ਵੀ ਸਾਰਾ ਸਿਸਟਮ ਹੈ ਜਿਹੜਾ ਨਾਵਲ 'ਚ ਲਿਖਿਆ ਹੈ ਔਰ ਕੌਰਮ ਸਵਾ ਨਾਵਲ ਜਿਹੜਾ ਉਹ ਵੀ ਇੱਕ ਕਲਾਸਿਕ ਦੇ ਤੌਰ ਤੇ ਚੱਲਦਾ ਹੈ ਅੱਜ ਵੀ ਪੰਜਾਬ ਯੂਨੀਵਰਸਿਟੀ ਦੇ ਐਮਏ ਦੇ ਵਿੱਚ ਪਾਰਟ ਦੇ ਵਿੱਚ ਹੈ ਸ਼ਹਿਰ ਇੱਥੇ ਵੀ ਤੁਹਾਡੇ ਯੂਨੀਵਰਸਿਟੀ ਜੀ ਵੀ ਕਿਤੇ ਨਾ ਕਿਤੇ ਉਹ ਰਹਿੰਦਾ ਹੈ ਉਹ ਨਾਵਲ ਵੀ 2003 ਤੋਂ ਲੈ ਕੇ ਅੱਜ ਤੱਕ ਪੜਿਆ ਜਾ ਰਿਹਾ ਹੈ ਬਹੁਤ ਵੱਡੇ ਵੱਡੇ ਪੱਧਰ ਤੇ ਤੇ ਚੌਥਾ ਸੀ ਝੇਲਾਂ ਦਾ ਜਿਹਨੂੰ ਅਸੀਂ ਸੁਧਾਰ ਕਰ ਕਹਿ ਕੇ ਪ੍ਰਚਾਰਦੇ ਹਾਂ ਉਸ ਕੀ ਉਹ ਵਾਕਈ ਸੁਧਾਰ ਕਰਨੇ ਜਾਂ ਵਿਗਾੜ ਕਰਨੇ ਜਾਂ ਵਿਗਾੜ ਕਰਨੇ ਜਿਹੜਾ ਮੇਰਾ ਤਜਰਬਾ 35 ਸਾਲ ਦਾ ਸੀ ਸਰਕਾਰੀ ਵਕੀਲ 24 ਘੰਟੇ ਮੈਂ ਕੈਦੀਆਂ ਨਾਲ ਡੀਲ ਕੀਤਾ ਔਰ ਅਸੀਂ ਜੇਲ੍ਹਾਂ 'ਚ ਵੀ ਗਏ ਆ ਇਨਸਪੈਕਸ਼ਨਾਂ ਵੀ ਕੀਤੀਆਂ ਤਾਂ ਮੇਰਾ ਹੀ ਰਿਜ਼ਲਟ ਸੀ ਤਾਂ ਇਸ ਤਰ੍ਹਾਂ ਦੀ ਜਿਹੜੇ ਸਿਸਟਮ ਦੀ ਸਾਰਾ ਕ੍ਰਿਮੀਨਲ ਜਸਟਿਸ ਸਿਸਟਮ ਉਸ ਨੂੰ ਮੈਂ ਇਹਨਾਂ ਨਾਵਲਾਂ 'ਚ ਪੇਸ਼ ਕੀਤਾ ਕਿਉਂਕਿ ਨਵੀਂ ਗੱਲ ਸੀ ਇਸ ਕਰਕੇ ਨਾਵਲ ਜਿਹੜੇ ਹੈਗੇ ਉਹ ਪਪੂਲਰ ਹੋਏ ਪੜੇ ਜਾ ਰਹੇ ਆ ਐਮਏ ਵਗੈਰਾ ਪੀਐਚਡੀਆਂ ਦੇ ਹਿੱਸਾ ਨੇ ਧੰਨਵਾਦ ਤੇ ਹੁਣ ਮੈਂ ਅਗਲੇ ਸੈਗਮੈਂਟ ਵੱਲ ਆ ਰਿਹਾ ਹਾਂ ਕਵਤਾ ਦੇ ਨਾਲ ਆਈਏ 19 ਦਿਰ ਤੁਸੀਂਾਂ ਦੀ ਰਚਨਾ ਪ੍ਰਕਿਰਿਆ ਨੂੰ ਆਪਣੇ ਜ਼ਿਹਨ ਵਿੱਚ ਬਿਠਾਓ ਆਲੋਚਕ ਸਾਹਿਬ ਡਾਕਟਰ ਸੰਧੂ ਉਹਦੇ ਬਾਰੇ ਸੋਚਣਗੇ ਕਿ ਮੈਂ ਕੀ ਗੱਲ ਕਰਨੀ ਹੈ ਤੇ ਤੁਹਾਡੇ ਸਾਹਮਣੇ ਇੱਕ ਸਾਡੀ ਬਹੁਤ ਹੀ ਅੱਛੀ ਕਵਿਤਰੀ ਜਿਸ ਨੇ ਆਪਣੀ ਸ਼ਾਇਰੀ ਦੇ ਨਾਲ ਇੱਕ ਨਵਾਂ ਮੁਹਾਵਰਾ ਲੈ ਕੇ ਆਂਦਾ ਹੈ ਡਾਕਟਰ ਅਮਰਜੀਤ ਘੁੰਮਣ ਤੁਹਾਡੇ ਰੂਬਰੂ ਹੋ ਰਹੇ ਨੇ ਅਗਨੀ ਪਥ ਮੇਰੇ ਪੈਰਾਂ 'ਚ ਅਟਣ ਨੇ ਮੇਰੇ ਪੈਰਾਂ 'ਚ ਅਟਣ ਨੇ ਸਦੀ ਦਾ ਮੂੰਹ ਨਿਖਾਰਨ ਲਈ ਨੰਗੇ ਪੈਰੀ ਤੁਰਦੀ ਰਹੀ ਮੈਂ ਪਰਛਾਵਾਂ ਵੀ ਮੇਰਾ ਵੱਡ ਲਿਆ ਸੀ ਤੂੰ ਕਿਵੇਂ ਪਛਾਣਦੀ ਖੁਦ ਨੂੰ ਵਕਤ ਚਲਾਕੀ ਕਰ ਗਿਆ ਵਕਤ ਚਲਾਕੀ ਕਰ ਗਿਆ ਥੋੜੀ ਜਹੀ ਜ਼ਿਆਦਾ ਕਾਲੀ ਕਰ ਗਿਆ ਵੇਖਦੀ ਰਹੀ ਬਸ ਮੈਂ ਤੇ ਧਰਤੀ ਲਟ ਲਟ ਬਲਣ ਲੱਗੀ ਤੇ ਧਰਤੀ ਲਟ ਲਟ ਬਲਣ ਲੱਗੀ ਅਗਨ ਅਗਨ ਤੋਂ ਅਗਨੀ ਪਥ ਸੰਭਾਲਣ ਲੱਗੀ ਅਗਨੀ ਪਥ ਤੋਂ ਚੁਰਾਹਾ ਚੁਪਚਾਪ ਮੇਰੇ ਕੋਲ ਬਾਲ ਗਈ ਸਿਵਾ ਹੁਣ ਨਾ ਅੱਗ ਸੇਕੀ ਜਾਵੇ ਮੇਥੋਂ ਨਾ ਸਿਵਾ ਬੁਝਾਇਆ ਜਾਵੇ ਅਗਲੀ ਕਵਿਤਾ ਹੈ ਹੁਣ ਪਿੱਠ ਕਿਵੇਂ ਵਖਾਉਂਦੀ ਮੈਂ ਖੁਦ ਨੂੰ ਜਿੱਤਣਾ ਕਿੰਨਾ ਮੁਸ਼ਕਿਲ ਖੁਦ ਨੂੰ ਹਾਰਿਆ ਵੇਖਣਾ ਵੀ ਦੁਬਿੱਦਾਂ ਖੁਦ ਨੂੰ ਜਿੱਤਣਾ ਕਿੰਨਾ ਮੁਸ਼ਕਿਲ ਖੁਦ ਨੂੰ ਹਾਰਿਆ ਵੇਖਣਾ ਵੀ ਦੁਬਿੱਦਾ ਕਿੰਨੀ ਵਾਰ ਸੋਚਿਆ ਰਿਸ਼ਤਿਆਂ ਬਾਰੇ ਦੋਸਤੀਆਂ ਬਾਰੇ ਹਿਫਾਜ਼ਤ ਬਾਰੇ ਲੇਕਿਨ ਤੀਰ ਤੇ ਕਮਾਨ ਬਾਰੇ ਨਾ ਸੋਚਿਆ ਮੈਂ ਲੇਕਿਨ ਤੀਰ ਤੇ ਕਮਾਨ ਬਾਰੇ ਨਾ ਸੋਚਿਆ ਮੈਂ ਨਿਸ਼ਾਨਾ ਸਿੱਧ ਲਿਆ ਸੀ ਉਹਨਾਂ ਹੁਣ ਪਿੱਠ ਕਿਵੇਂ ਵਖਾਉਂਦੀ ਮੈਂ ਹੁਣ ਪਿੱਠ ਕਿਵੇਂ ਵਿਖਾਉਂਦੀ ਮੈਂ ਅਗਲੀ ਕਵਿਤਾ ਹੈ ਇੰਨੇ ਰੌਲੇ 'ਚ ਚੱਲਦੀ ਰਹੀ ਮੈਂ ਚੁੱਪ-ਚਾਪ ਚੱਲਦੀ ਰਹੀ ਮੈਂ ਚੁੱਪ-ਚਾਪ ਬਿਨਾਂ ਰੁਕਿਆ ਜ਼ਰਾ ਠਹਿਰ ਕੇ ਵੇਖਿਆ ਹਵਾਵਾਂ 'ਚ ਬਹੁਤ ਸ਼ੋਰ ਸੀ ਜ਼ਰਾ ਠਹਿਰ ਕੇ ਵੇਖਿਆ ਹਵਾਵਾਂ 'ਚ ਬਹੁਤ ਸ਼ੋਰ ਸੀ ਇੰਨੇ ਸ਼ੋਰ 'ਚ ਕੁਝ ਸੁਣਾਈ ਨਹੀਂ ਦਿੰਦਾ ਮੈਨੂੰ ਇੰਨੇ ਸ਼ੋਰ ਚ ਕੁਝ ਸੁਣਾਈ ਨਹੀਂ ਦਿੰਦਾ ਮੈਨੂੰ ਇਸੇ ਲਈ ਸ਼ਾਇਦ ਕਾਲੇ ਕਾਵਾਂ ਦੀ ਕੁਰਲਾਹਟ ਸੁਣਾਈ ਨਹੀਂ ਦਿੱਤੀ ਮੈਨੂੰ ਤੇ ਉਹਨਾਂ ਨੇ ਚਰਾਗਾਹਾਂ ਤੇ ਕਬਜ਼ਾ ਕਰ ਲਿਆ ਤੇ ਉਹਨਾਂ ਨੇ ਚਰਾਗਾਹਾਂ ਤੇ ਕਬਜ਼ਾ ਕਰ ਲਿਆ हे ਮਨੁੱਖਤਾ ਦੇ ਵਾਰਸੋ हे ਮਨੁੱਖਤਾ ਦੇ ਵਾਰਸੋ ਚਰਾਗਾਹਾਂ ਖਾਲੀ ਕਰਾਓ ਬੰਨਜ਼ਰ ਜ਼ਮੀਨ ਦਾ ਕੀ ਕਰੋਗੇ ਬਹੁਤ ਅੱਛੇ ਬਹੁਤ ਅੱਛੇ ਬੰਨਜ਼ਰ ਜ਼ਮੀਨ ਦਾ ਕੀ ਕਰੋਗੇ ਅਗਲੀ ਛੋਟੀ ਜਹੀ ਇੱਕ ਕਵਿਤਾ ਹੋਰ ਸ਼ਾਂਤ ਰਹਿ ਹੁਣ ਤੂੰ ਤਕਦੀਰ ਸਫਰ ਕਰਦੀ ਅਗਨੀ ਪਥ ਸੰਭਾਲਦੀ ਦੱਸ ਗਈ ਮੈਨੂੰ ਵਕਤ ਕਦੀ ਬਰਾਬਰ ਨਹੀਂ ਹੁੰਦਾ ਘਟਦਾ ਵਧਦਾ ਨਾਪ ਤੋਲ ਕਰਦਾ ਇੱਕੋ ਜਿਹਾ ਨਹੀਂ ਹੁੰਦਾ ਸ਼ਾਂਤ ਰਹਿ ਹੁਣ ਤੂੰ ਸੰਦੇਸ਼ ਸੁਣਦਿਆਂ ਮੌਨ ਹੋਈ ਮੈਂ ਸੰਦੇਸ਼ ਸੁਣਦਿਆਂ ਮੌਨ ਹੋਈ ਮੈਂ ਭੁੱਲ ਗਈ ਚੰਦ ਤੇ ਸੂਰਜ ਦੇ ਅਰਥ ਭੁੱਲ ਗਈ ਚੰਦ ਤੇ ਸੂਰਜ ਦੇ ਅਰਥ ਯਾਤਰਾਵਾਂ ਕਰਦੀ ਹੋਈ ਜ਼ਿੰਦਗੀ ਦਾ ਖੇਤ ਵਾਉਂਦੀ ਹੋਈ ਕਿਸਾਨ ਬਣੀ ਭੁੱਲ ਗਈ ਧੁੱਪ ਤੇ ਛਾਂ ਦੇ ਅਰਥ ਭੁੱਲ ਗਈ ਧੁੱਪ ਤੇ ਛਾਂ ਦੇ ਅਰਥ ਵਾਉਂਦੀ ਰਹੀ ਖੇਤ ਬੀਜਦੀ ਰਹੀ ਬੀਜ ਵਾਂਦੀ ਰਹੀ ਖੇਤ ਬੀਜਦੀ ਰਹੀ ਸ਼ਬਦ ਤੇ ਅਰਥ ਪੁਸਤਲੇ ਛੱਡ ਦਿੱਤੇ ਮੈਂ ਤੇ ਅਰਥ ਪੁਸਤਲੇ ਛੱਡ ਦਿੱਤੇ ਮੈਂ ਸ਼ੁਕਰ ਤੁਸੀਂ ਮੀਤ ਸਾਹਿਬ ਦੀ ਰਚਨਾ ਪ੍ਰਕਿਰਿਆ ਸੁਣੀ ਉਸ ਤੋਂ ਬਾਅਦ ਥੋੜੀ ਜਿਹੀ ਕਵਤਾ ਦੀ ਫੁਾਰੀ ਜਿਹਨੇ ਤੁਹਾਨੂੰ ਸੋਚਣ ਲਈ ਲਾਇਆ ਮੈਂ ਡਾਕਟਰ ਗੁਰਪਾਲ ਸੰਧੂ ਨੂੰ ਗੁਜਾਰਿਸ਼ ਕਰਾਂਗਾ ਕਿ ਕੁਝ ਪਲਾਂ ਲਈ ਮਿੱਤਰ ਸਹਿਨ ਮੀਤ ਹੋਣਾਂ ਦੀ ਰਚਨਾ ਕਾਰੀ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਆਓ ਮੀਤ ਜੀ ਨੂੰ ਹੁਣ ਆਪਾਂ ਵੇਖੀਏ ਆਲੋਚਕ ਦੀ ਨਜ਼ਰ ਵਿੱਚ ਇਹ ਬਹੁਤ ਵਧੀਆ ਮੌਕਾ ਹੈ ਕਿ ਅੱਜ ਇਨੇ ਸੌਖੇ ਢੰਗ ਦੇ ਨਾਲ ਅਸੀਂ ਸਿਹਤ ਵਾਰੇ ਜਾਂ ਸਹਿ ਚਿੰਤਨ ਵਾਰੇ ਗੱਲਾਂ ਕਰਨੀਆਂ ਹੈ ਤੇ ਉਹ ਵੀ ਆਪਣੇ ਵਿਦਿਆਰਥੀਆਂ ਨਾਲ ਵੀ ਤੇ ਆਪਣੇ ਦਰਸ਼ਕਾਂ ਨਾਲ ਵੀ ਤੇ ਵਰਮਾ ਜੀ ਨੇ ਬਹੁਤ ਵਧੀਆ ਢੰਗ ਨਾਲ ਦੱਸ ਦਿੱਤਾ ਕਿ ਕਿਸ ਤਰ੍ਹਾਂ ਸਾਨੂੰ ਅੱਜ ਇਸ ਤਰ੍ਹਾਂ ਦੇ ਮੈਗਜ਼ੀਨ ਦੀ ਵੀ ਜ਼ਰੂਰਤ ਹੈ ਜਿਹੜਾ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਦੇਖਿਆ ਪਰ ਪੰਜਾਬੀ ਦੇ ਵਿੱਚ ਬਹੁਤ ਸਫਲਤਾ ਨਾਲ ਚੱਲ ਰਿਹਾ ਹੈ ਤੇ ਤੁਸੀਂ ਬਹੁਤ ਅੱਛਾ ਤੇਲੀ ਰਿਸਪੌਂਡ ਵੀ ਕਰ ਰਹੇ ਹੋ ਮੈਂ ਤਾਂ ਪਹਿਲਾਂ ਮਿੱਤਰ ਸਹਿਬ ਮੇਜ ਜੀ ਤੇ ਕਮਰਜੀਤ ਕੁੰਮਨ ਜੀ ਇਹਨਾਂ ਨੇ ਆਪਣੇ ਨਾਵਲ ਬਾਰੇ ਦੱਸਿਆ ਨਾਵਲ ਰਚਨਾ ਬਾਰੇ ਸੱਜਣ ਪ੍ਰਗਿਆ ਵਾਸਤੇ ਤੇ ਉਹਨਾਂ ਨੇ ਆਪਣੀਆਂ ਕਵਿਤਾਵਾਂ ਸੁਣਾਇਆਂ ਤੇ ਮੇਰਾ ਫਰਜ਼ ਹੈ ਕਿ ਮੈਂ ਇਹਨਾਂ ਨੂੰ ਕੁਝ ਦੱਸਾਂ ਇੱਕ ਅਲੋਚਕ ਦੇ ਨਜ਼ਰੀਏ ਤੋਂ ਘੱਟ ਤੇ ਇੱਕ ਇਹਨਾਂ ਦੇ ਪਾਠਕ ਦੇ ਨਜ਼ਰੀਏ ਤੋਂ ਉਹਨਾਂ ਦੇ ਸਰੋਤੇ ਦੇ ਨਜ਼ਰੀਏ ਤੋਂ ਪਹਿਲੀ ਗੱਲ ਜਿਹੜੀ ਬਹੁਤ ਇੰਪੋਰਟੈਂਟ ਮੈਨੂੰ ਲੱਗੀ ਇਹਨਾਂ ਦੇ ਜਿਹੜੀ ਆਪਾਂ ਅੱਜ ਖਾਸ ਤੌਰ ਤੇ ਇੱਥੇ ਸਾਂਝੀ ਕਰਨੀ ਹੈ ਜਿਹੜੀ ਕਿ ਅਸੀਂ ਕਲਾਸਰੂਮਾਂ 'ਚ ਨਹੀਂ ਕਰਦੇ ਜਾਂ ਕਿਤਾਬਾਂ 'ਚ ਲਿਖਦੇ ਹੋਏ ਨਹੀਂ ਕਰਦੇ ਜੇ ਅਸੀਂ ਆਮ ਤੌਰ ਤੇ ਪਿੰਡਾਂ 'ਚ ਜਾ ਕੇ ਗੱਲਾਂ ਕਰੀਏ ਜਾਂ ਹੁਣ ਦਰਸ਼ਕਾਂ ਨਾਲ ਸਿੱਧੇ ਗੱਲਾਂ ਕਰੀਏ ਜਾਂ ਵਿਦਿਆਰਥੀਆਂ ਨਾਲ ਕਲਾਸਰੂਮ ਤੋਂ ਬਾਹਰ ਆ ਕੇ ਗੱਲਾਂ ਕਰੀਏ ਤਾਂ ਉਹ ਗੱਲ ਪਹਿਲੀ ਸਾਨੂੰ ਕਰਨ ਦੀ ਬੰਦ ਈ ਆ ਜਿਹੜੀ ਮੈਨੂੰ ਅੱਜ ਇਹਨਾਂ ਦੀ ਗੱਲਾਂ ਸਿਰਜਣ ਪ੍ਰਕਿਰਿਆ ਸੁਣ ਤੋਂ ਬਾਅਦ ਉਹਨਾਂ ਦੀ ਕਵਿਤਾਵਾਂ ਸੁਣ ਤੋਂ ਬਾਅਦ ਹੀ ਮੈਨੂੰ ਆੜੀ ਹੋਇਆ ਹੈ ਕਿ ਜੇਕਰ ਆਪਾਂ ਪੰਜਾਬੀ ਸਾਹਿਤ ਨੂੰ ਦੇਖੀਏ ਮੁੱਢ ਤੋਂ ਲੈ ਕੇ 나ਥਾ ਜੋਗੀਆਂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬਾਫਰੀ ਮਮਤਾ ਬਖਸ਼ਤਵਤ ਤੋਂ ਲੈ ਕੇ ਅੱਜ ਤੱਕ ਸ਼ਾਹਮਮਤ ਤੋਂ ਲੈ ਕੇ ਭਾਈ ਵੀਰ ਸਿੰਘ ਜੀ ਅਮਰਤਾ ਪ੍ਰੀਤਮ ਜੀ ਕਿੰਨੇ ਵੱਡੇ ਤੇ ਇੱਕ ਗੱਲ ਹੈ ਕਿ ਜਿਹੜਾ ਸਹਿਤ ਦੋ ਟੰਗ ਨਾਲ ਗੱਲ ਕਰ ਸਕਦਾ ਜਾਂ ਤਾਂ ਸਹਿਤ ਫੁੱਲਾਂ ਦੀ ਗੱਲ ਕਰ ਸਕਦਾ ਫੁੱਲਾਂ ਵਰਗੇ ਲੋਕਾਂ ਦੀ ਫੁੱਲਾਂ ਵਰਗੇ ਭਾਵਾਂ ਦੀ ਫੁੱਲਾਂ ਵਰਗੀ ਦੁਨੀਆ ਦੀ ਜਿਹਦੇ ਸਭ ਕੁਝ ਚੰਗੇ ਚੰਗਾ ਹੋਵੇ ਉਹਦੇ ਵਿੱਚ ਕੁਝ ਵੀ ਮਾੜਾ ਨਾ ਹੋਵੇ ਤੇ ਲੋਕ ਉਹਨਾਂ ਫੁੱਲਾਂ ਵਰੀਆਂ ਗੱਲਾਂ ਸੁਣ ਸੁਣ ਕੇ ਆਪ ਚ ਖੁਸ਼ ਹੁੰਦੇ ਰਹਿਣ ਤੇ ਆਪ ਦੇ ਗਮਾਂ ਨੂੰ ਭਲਾਉਣ ਨਾ ਭਲਾਉਣ ਪਰ ਕੋਸ਼ਪਾਲ ਆਪਣੇ ਮਨ ਦੀਆਂ ਜਿਹੜੀਆਂ ਟੈਨਸ਼ਨਸ ਹੈਗੀਆਂ ਮਨ ਦੀਆਂ ਦੁਬਿਧਾਵਾਂ ਨੂੰ ਖਤਮ ਕਰ ਲੈ। ਦੂਜੀ ਇਹ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਸਾਡੇ ਸਹਿਤਕਾਰ ਆਪਣੇ ਲੋਕਾਂ ਨੂੰ ਆਪਣਾ ਜਥਾਰਥ ਦਿਖਾਉਣਾ। ਸਾਡਾ ਸੱਚ ਦਿਖਾਉਣਾ। ਲਿਟਰੇਚਰ ਇਹ ਦੱਸੇ ਕਿ ਸਾਡਾ ਸੱਚ ਏ ਆ। ਸਭ ਤੋਂ ਪਹਿਲਾਂ ਆਪਾਂ ਇਹ ਸੱਚ ਨਾਲ ਮੱਥਾ ਲਾਉਣਾ ਹੈ। ਉਦੋਂ ਬਾਅਦ ਆਪਾਂ ਇਹ ਦੱਸਣਾ ਕਿ ਇਹ ਸੱਚ ਨੂੰ ਅਸੀਂ ਨਵੇਂ ਅਰਥ ਕੀ ਦੇਣੇ ਆ। ਜਦ ਮੈਨੂੰ ਚੇਤਾ ਆਉਂਦਾ ਹੈ ਕਿ ਮੁਹੰਮਦ ਬਖਸ਼ ਨੇ ਬਹੁਤ ਅੱਛੇ ਇੱਕ ਉਹਨਾਂ ਨੇ ਸ਼ੇਰ ਲਿਖਿਆ ਹੈ। ਰੱਬ ਵਾਰੀ ਫਜ਼ਲ ਕਹੇਜਾ ਜਿਹਦੀਆਂ ਬਹੁਤ ਸਿਫਤਾਂ ਕਰਦੇ ਉਹ ਤਾਂ ਸੂਫੀ ਦਰਵੇਸ਼ ਕਵੀ ਸੀ ਉਹ ਕਹਿੰਦਾ ਸੀ ਅਜ਼ਲ ਕਰੇ ਤਾਂ ਥਰ ਥਰ ਕੰਬਨ ਉੱਚੀਆਂ ਸ਼ਾਂਬਾਂ ਵਾਲੇ ਅਜ਼ਲ ਕਰੇ ਤਾਂ ਥਰ ਥਰ ਕੰਬਨ ਉੱਚੀਆਂ ਸ਼ਾਨਾਂ ਵਾਲੇ ਫਜ਼ਲ ਕਰੇ ਤਾਂ ਫਿਰ ਤਰ ਜਾਵਨ ਮੈਂ ਜੇ ਇਹ ਮੂੰਹ ਕਾਲੇ ਉਹ ਕਹਿੰਦਾ ਵੀ ਰੱਬ ਨੂੰ ਵੀ ਐ ਨਾ ਸੋਚੋ ਕਿ ਹਰ ਇੱਕ ਨੇ ਨਿਆਂ ਕਰਦਾ ਹੈ ਰੱਬ ਦਾ ਵੀ ਜੇ ਤਾਂ ਨਿਆਂ ਕਰਨ ਲੱਗੇ ਤਾਂ ਨਿੱਕੇ ਨਿੱਕੇ ਦਾ ਵੀ ਨਿਆਂ ਕਰ ਦਿੰਦਾ ਹੈ ਜੇ ਕਿਤੇ ਫਜ਼ਲ ਕਰ ਦੇ ਤਾਂ ਫਿਰ ਸਾਰਾ ਕੁਝ ਹੀ ਛੱਡ ਦਿੰਦਾ ਇਹ ਉਹ ਸਾਡਾ ਸੱਚ ਹੈ ਜਿਹੜਾ ਸੱਚ ਸਾਡੇ ਵੱਡਿਆਂ ਨੇ ਰੱਬ ਬਾਰੇ ਦੱਸਿਆ ਪਰ ਇਸ ਨੂੰ ਅੱਜ ਸਾਡੇ ਨਾਵਲਕਾਰ ਕਿਵੇਂ ਦੱਸਦੇ ਮੈਨੂੰ ਬਹੁਤ ਅੱਛਾ ਲੱਗਿਆ ਇਹ ਸੁਣ ਕੇ ਕਿ ਤੁਹਾਨੂੰ ਵੀ ਚੰਗਾ ਲੱਗਿਆ ਹੋਊਗਾ ਇਹ ਸੁਣ ਕੇ ਇਸ ਨੂੰ ਵਿਚਾਰ ਕੇ ਕਿ ਸਾਡੇ ਦੋਨੇ ਨਾਵਲਕਾਰ ਨੇ ਵੀ ਤੇ ਕਵੀ ਨੇ ਵੀ ਨਾਵਲਕਾਰ ਨੇ ਜੀ ਦੱਸਿਆ ਕਿ ਮੇਰਾ ਪਹਿਲਾ ਨਾਵਲ ਕਿਹੜਾ ਸੀ ਅੱਗ ਦੇ ਬੀਜ ਤੇ ਜਦੋਂ ਕਵੀ ਨੇ ਪਹਿਲੀ ਕਵਿਤਾ ਸੁਣਾਈ ਅਗਨਪਤ ਸਾਡੇ ਕਵੀ ਵੀ ਤੇ ਸਾਡੇ ਨਾਵਲਕਾਰ ਵੀ ਨਾਵਲਕਾਰਾਂ ਤੋਂ ਤਾਂ ਪੂਮੇਦ ਰੱਖਦੇ ਹੀ ਰੱਖਦੇ ਆ ਨਾਵਲਗਾ ਤੇ ਥਾਰਤ ਪਰੰਪਰਾ ਹੈਗੀ ਆ ਤੇ ਕਵੀ ਵੀ ਸਾਡੇ ਕਿਸ ਦੀ ਗੱਲ ਕਰਦੇ ਆ ਫੁੱਲਾਂ ਦੀ ਨਹੀਂ ਕਰਦੇ ਕੀ ਦੀ ਕਰਦੇ ਆ ਅਗਨ ਦੀ ਗੱਲ ਕਰਦੇ ਕਿਉਂ ਕਿਉਂਕਿ ਅਸੀਂ ਅਗਨ ਤੋਂ ਡਰ ਗਏ ਨਾ ਭੱਜ ਗਏ ਨਾ ਸਕੋ ਅਸੀਂ ਅਗਨ ਨਾਲ ਮੱਥਾ ਲਾਈ ਅਗਰ ਨਹੀਂ ਸਾਨੂੰ ਜਿਹੜਾ ਜ਼ਿੰਦਗੀ ਦਾ ਸਾਰਾ ਰਾਹ ਦੇ ਨਾਲ ਸਭ ਤੋਂ ਪਹਿਲੀ ਜਿਹੜੀ ਚੀਜ਼ ਸਾਡੇ ਮੂੰਹ 'ਚ ਪੈਣੀ ਆ ਉਹ ਅੱਗ ਤੋਂ ਹੀ ਪੱਕੀ ਪੈਣੀ ਆ ਤੇ ਅਖੀਰ ਦੇ ਵਿੱਚ ਉਹ ਅਖੀਰ ਚ ਐਗਜ਼ੈਂਪਲ ਵੀ ਦਿੱਤੇ ਆ ਕਿ ਜੇ ਸਾਡੀ ਚਿਖਾ ਵੀ ਬਲਣੀ ਆ ਤਾਂ ਕਿਸ ਨਾਲ ਬਲਣੀ ਆ ਅਗਨ ਨਾਲ ਇਹ ਅੱਗ ਅੱਗ ਦੇ ਬੀਜ ਦੇ ਮੈਟਾਫਰਾਂ ਹੀ ਵੀ ਪੇਸ਼ ਹੁੰਦੀ ਆ ਤੇ ਗੱਲ ਅਗਨ ਪਸਦੇ ਰਹੇ ਪੇਛੰਦ। ਸਾਡੇ ਕੋਲ ਮਿੱਤਨ ਸਿੰਘ ਮੀਨ ਜਿਹੜੇ ਬਹੁਤ ਜਿਹੜੇ ਪ੍ਰਸਿੱਧ ਨਾਵਲਕਾਰ ਹੈ ਬਹੁਤ ਗੁਣੀ ਗਿਆਨੀ ਨਾਵਲਕਾਰ ਹੈ ਜਿਹੜੇ ਬਿਰਤਾਂਤ ਸਿਰਜਣ ਦੇ لحاظ ਨਾਲ ਬਹੁਤ ਹੀ ਪ੍ਰਮੁੱਖ ਨਾਵਲਕਾਰ ਹੈ ਜਿਨ੍ਹਾਂ ਦੀ ਖਾਸ ਗੱਲ ਕੀ ਹੈ ਕਿ ਜਿਨ੍ਹਾਂ ਨੇ ਸਮਕਾਲੀ ਪੰਜਾਬੀ ਨਾਵਲ ਨੂੰ ਇੱਕ ਵਿਸ਼ੇਸ਼ ਦਿਸ਼ਾ ਦਿੱਤੀ। ਇਹਨਾਂ ਨੇ ਆਪਣੇ ਬਚਨ ਬਾਰੇ ਗੱਲ ਕਰਦੇ ਦੱਸਿਆ ਕਿ ਬਰਨਾਲੇ ਜ਼ਿਲ੍ਹੇ ਦੀ ਪੈਦਾਇਸ਼ ਹੈ। ਬਰਨਾਲੇ ਦੇ ਆਸ-ਪਾਸੇ ਜਿਸ ਤਰ੍ਹਾਂ ਦਾ ਮਾਹੌਲ ਸੀ ਉੱਤੇ ਰਹੇ ਤੇ ਇਸ ਜਨਪੀਰੇ ਨੇ ਆਪਣਾ ਰਚਨਾ ਕੀਤੀ ਮੈਂ ਵੀ ਤੁਹਾਣਾ ਸੰਜਣਾ ਸਾਂਝੀ ਗੱਲ ਕਰਨੀ ਚਾਹੁੰਦਾ ਕਿ ਬਰਨਾਲੇ ਜਮਾਂ ਨਾਂ ਲੱਗਦਾ ਬਠਿੰਡਾ ਮੈਂ ਉੱਥੋਂ ਦੀ ਪਤੈਸ਼ ਏਸ ਹਰ ਕੇ ਕੁੱਲ ਮਿਲਾ ਕੇ ਜ਼ਿਲ੍ਹੇ ਤੌਰ ਤੇ ਬਠਿੰਡਾ ਤੇ ਬਰਨਾਲਾ ਵੱਖਰੇ ਆ ਹੈ ਅਸੀਂ ਸਾਰੇ ਇਕੱਠੇ ਇਹ ਸਾਰ ਕੇ ਜਿਹੜੇ ਜਿਸ ਕਿਸਮ ਦਾ ਬਚਪਨ ਮੇਥੋਂ ਥੋੜੇ ਜਿਹਾ ਵੱਡੇ ਆ ਜਿਵੇਂ ਕਹਿੰਦੇ 20 ਸਾਲ ਵੱਡੇ ਆ ਮੇਥੋਂ 10 ਸਾਲ ਵੱਡੇ ਆ ਤੇ ਜਿਹੜੀਆਂ ਉਸ ਵੇਲੇ ਉਹ ਜਿਹੜੀਆਂ ਗੱਲਾਂ ਕਰ ਰਹੇ ਸੀ ਮੈਨੂੰ ਵੀ ਚੇਤੇ ਆ ਰਹੇ ਸੀ ਕਿ ਸਾਡੇ ਪਿੰਡ ਪਟਵਾਰੀ ਤੇ ਪਟਵਾਰੀ ਦੇ ਬੱਚੇ ਸਾਡੇ ਦੋਸਤ ਹੁੰਦੇ ਸੀ ਕਿਵੇਂ ਹੁੰਦੇ ਸੀ ਉਹਦੇ ਚੰਗੇ ਪਟਵਾਰ ਵੀ ਹੁੰਦੇ ਸੀ ਜਿਹੜਿਆਂ ਨੇ ਗੱਲ ਕੀਤੀ ਸੈਕਿੰਡ ਕਹੇ ਕਿ ਉਸ ਵੇਲੇ ਦਾ ਸਾਡਾ ਜਥਾਰਤ ਕਿਸ ਤਰ੍ਹਾਂ ਦੀ ਖਾਸ ਤੌਰ ਤੇ ਨੈਕਸਟ ਸਾਈਟ ਮੂਵਮੈਂਟ ਦਾ ਪਰ ਜਿਸ ਢੰਗ ਨਾਲ ਇਹਨਾਂ ਨੇ ਆਪਣੇ ਦੌਰ ਦੇ ਪਹਿਲੇ ਨਾਵਲਾਂ ਵਿੱਚ ਅੱਗ ਦੇ ਬੀਜ ਤੇ ਕਾਫਲਾ ਦੇ ਵਿੱਚ ਉਹਨਾਂ ਇੱਕ ਵਰਤਾਂਤ ਦੇ ਤੌਰ ਲਹੂ ਦੀ ਲੋ ਵਰਗੇ ਨਹੀਂ ਹੈ ਨਾ ਇਹਨਾਂ ਦੇ ਨਾਵਲ ਦਸਤਾਵੇਜ਼ ਵਰਗੇ ਇਹਨਾਂ ਦੇ ਨਾਵਲ ਸਗੋਂ ਉਹਨਾਂ ਤੋਂ ਵੱਖਰੇ ਆ ਕਿਸ ਤਰ੍ਹਾਂ ਵੱਖਰੇ ਆ ਇੱਕ ਤਾਂ ਵਿਦਿਆਰਥੀ ਹੋਣ ਦੇ ਨਾਤੇ ਇਹਨਾਂ ਨੇ ਨਾਵਲ ਲਿਖੇ ਜਦੋਂ ਕਿ ਸਾਡੇ 'ਚ ਖਾਸ ਕਿਸਮ ਦਾ ਉਤਸ਼ਾਹ ਸੀ ਤੇ ਜਿਹੜਾ ਅਸਲ ਦੇ ਵਿੱਚ ਉਤਸ਼ਾਹ ਉਸ ਮੂਵਮੈਂਟ ਨੂੰ ਰਿਸੀਵ ਕਰਨ ਦਾ ਵਿਦਿਆਰਥੀ ਜੀਵ ਨਹੀਂ ਸੀ ਸੈਕੰਡ ਜਿਵੇਂ ਆਪਾਂ ਪਹਿਲਾਂ ਕੀਤਾ ਕਿ ਇਹਦਾ ਅਗਨ ਦੀ ਗੱਲ ਕਰਦੇ ਆ ਅੱਗ ਦੇ ਵਿੱਚ ਦੀ ਗੱਲ ਕਰ ਰਹੇ ਆ ਕੋਈ ਫੁੱਲਾਂ ਦੀ ਗੱਲ ਨਹੀਂ ਕਰ ਰਹੇ ਬਿਨਕਲਾਬ ਦੀ ਗੱਲ ਨਹੀਂ ਕਰ ਰਹੇ ਇਹ ਤਾਂ ਕਹਿ ਰਹੇ ਸੀ ਕਿ ਇਸ ਅੱਗ ਦੇ ਵਿੱਚ ਕਿਵੇਂ ਲੋਕ ਲੋਕ ਕਿਵੇਂ ਸੜ ਰਿਹਾ ਕਿਵੇਂ ਉਹਨਾਂ ਨੂੰ ਸਾੜਿਆ ਜਾ ਰਿਹਾ ਜੋ ਉਹਨਾਂ ਨੂੰ ਬਚਾਉਣਾ ਚਾਹ ਰਿਹਾ ਤੇ ਉਹਨਾਂ ਨੂੰ ਫੇਰ ਕਿਵੇਂ ਹੋ ਸਕਦੇ ਵਿੱਚ ਸਿੱਟੇ ਜਾ ਰਹੇ ਕਿਵੇਂ ਫਿਰ ਵੀ ਲੋਕ ਕਾਫਲੇ ਬਣ ਕੇ ਆ ਰਹੇ ਇਸ ਕਰਕੇ ਇਸ ਤਰ੍ਹਾਂ ਜਿਹੜਾ ਲੋਕਾਂ ਦਾ ਦਰਦ ਸਾਡੇ ਇਸ ਦੇਸ਼ ਦੇ ਜਥਾਰਤ ਦੇ ਪਿੱਛੇ ਚੱਲਦਾ ਜਥਾਰਤ ਦੇਸ਼ ਦੇ ਜਥਾਰਤ ਦੀ क्रूरਤਾ ਤੇ ਪਿਛਲੇ ਜਥਾਰਤ ਦੀ ਲੁੱਟ ਉਹ ਦੋਨਾਂ ਨੂੰ ਜਿਸ ਤਰ੍ਹਾਂ ਇਹ ਸੰਜੋ ਵਿੱਚ ਬਣ ਕੇ ਨਾਵਲ ਦੇ ਵਿੱਚ ਆਉਣ ਪੇਸ਼ ਕਰਦੇ ਆ ਇਹ ਪੰਜਾਬ ਸਮਕਾਲੀ ਪੰਜਾਬੀ ਨਾਵਲਕਾਰੀ ਵਿੱਚ ਉਸ ਦੇ ਵਿੱਚ ਸਭ ਤੋਂ ਪ੍ਰਮੁੱਖ ਨਾਵਲਕਾਰ ਇਹਨਾਂ ਨੇ ਆਪ ਵੀ ਜ਼ਿਕਰ ਕੀਤਾ ਹੈ ਇਸ ਤੋਂ ਪਹਿਲਾਂ ਗਾਸੋਹ ਸਾਹਿਬ ਜੀ ਤੇ ਦੂਸਰੇ ਨਾਵਲਕਾਰ ਸਾਡੇ ਰਾਮ ਸੂਪਨ ਕੀ ਜੀ ਗੁਰਦੇਵ ਸਿੰਘ ਜੀ ਵੀ ਵੱਖਰੇ ਵੱਖਰੇ ਜਰੀਏ ਤੋਂ ਇਸੇ ਤਰ੍ਹਾਂ ਦੀ ਅੱਗ ਦੀ ਗੱਲ ਕੀਤੀ ਪਰ ਇਹਨਾਂ ਨੇ ਉਸ ਨੂੰ ਇੱਕ ਵੱਖਰੀ ਫੇਜ਼ ਦੇ ਵਿੱਚ ਲਿਆ ਕੇ ਕਿਉਂਕਿ ਉਹਨਾਂ ਤੋਂ ਪਿੱਛੇ ਸੀ ਉਹ ਗੱਲ ਕੀਤੀ ਹੁਣ ਉਹੀ ਅੱਗ ਨਵੇਂ ਰੂਪ ਦੇ ਵਿੱਚ ਫੇਰ ਸਾਡੇ ਸਾਹਮਣੇ ਆਉਂਦੀ ਹੈ ਕਦੋਂ ਜਦੋਂ ਪੰਜਾਬ ਦੇ ਵਿੱਚ 90 ਤੋਂ ਬਾਅਦ ਜਿਹੜੀ ਮੂਵਮੈਂਟ ਚੱਲਦੀ ਹੈ ਹੁਣ ਉਸ ਅੱਗ ਦੇ ਅਗਲੇ ਸੰਦਰਭ ਕਿਸ ਤਰ੍ਹਾਂ ਹੈ ਵੀ ਕਿਵੇਂ ਹੋ ਸਕਦੇ ਵਿੱਚ ਲੋਕ ਜਿਹੜੇ ਬਲ ਰਹੇ ਆ ਜਾਂ ਲੋਕ ਕਿਵੇਂ ਫੇਰ ਆਪਣੇ ਆਪ ਨੂੰ ਲੋਕਾਂ ਦੇ ਹੋ ਸਕਦੇ ਨੇੜੇ ਲੈ ਗਏ ਅੱਗ ਦਾ ਹਿੱਸਾ ਬਣ ਗਏ ਜਾਂ ਦੂਜਿਆਂ ਨੂੰ ਫੇਰ ਚੱਕ ਚੱਕ ਅੱਗ ਦੇ ਵਿੱਚ ਸਿੱਟਿਆ ਤੇ ਉਹਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਜਦੋਂ ਉਹਦੇ ਨਿਆਂ ਦੀ ਗੱਲ ਕਰਦੇ ਆ ਤਫ਼ਤੀਸ਼ ਦੀ ਗੱਲ ਕੀਤੇ ਆ ਇਹ ਵੀ ਗੱਲ ਚੱਲੀ ਕਿ ਇਹ ਤਾਂ ਨਿਆਂ ਕਰਨਾ ਕਿਉਂਕਿ ਇਸ ਸਮਾਜ ਦੇ ਵਿੱਚ ਅੱਜ ਦੇ ਮੁਆਸ਼ਰੇ ਦੇ ਵਿੱਚ ਸਭ ਤੋਂ ਵੱਡੀ ਵਿਸ਼ਵਾਸ ਦੀ ਗੱਲ ਕੀ ਆ ਕਿ ਨਿਆਂ ਹੁੰਦਾ ਅਸੀਂ ਬੜੀ ਖੁਸ਼ੀ ਨਾਲ ਚੰਡੀਗੜ੍ਹ ਮੈਂ ਅੱਜਕੱਲ ਪੜਾਉਣਾ ਤੁਹਾਨੂੰ ਦੱਸਿਆ ਬੜੀ ਖੁਸ਼ੀ ਨਾਲ ਕਹਿਣਾ ਕਿ ਦੇਖੋ ਕਿੱਡੀ ਤਕੜੀ ਹਾਈ ਕੋਰਟ ਹੈ ਇੰਟਰਨੈਸ਼ਨਲ 에ਰਪੋਰਟ ਚੱਲਦਾ ਨਹੀਂ ਸੀ ਜੀ ਹਾਈ ਕੋਰਟ ਨੇ ਚਲਾਤਾ ਸਾਡਾ ਇਸ ਤਰ੍ਹਾਂ ਦਾ ਨਿਆਂ ਹੈ ਜੱਜ ਦੇ ਸਾਹਮਣੇ ਜਾਂਦੇ ਅਸੀਂ ਬਿਲਕੁਲ ਰੱਬ ਵਾਂਗ ਹੁਣ ਲੈਨੇ ਪਰ ਇਹਨਾਂ ਨੇ ਦੱਸਿਆ ਕਿ ਇਹ ਨਿਆਂ ਇਸ ਤਰ੍ਹਾਂ ਨਹੀਂ ਹੈ ਇਹ ਨਿਆਂ ਕੀ ਆ ਇਹ ਨਿਆਂ ਦੇ ਵਿੱਚ ਤਫਤੀਸ਼ ਦੇ ਪੱਧਰ ਤੇ ਵੀ ਖਾਸ ਕਿਸਮ ਦੇ ਮੈਨੀਪੂਲੇਸ਼ਨਸ ਹੈ ਇਹਦੇ ਵਿੱਚ ਫਿਰ ਕੀ ਹੈ ਕਿ ਜੇਦ ਉਹਦੋਂ ਅੱਗੇ ਚੱਲਦੀ ਹੈ ਜਰਾ ਦੇ ਪੱਧਰ ਦੇ ਉੱਤੇ ਵੀ ਗਾਹਾਂ ਜਦੋਂ ਉਹ ਪ੍ਰੋਸੈਸ ਦੇ ਵਿੱਚ ਵੀ ਹੁੰਦਾ ਹੈ ਕਿ ਇਸ ਕੇ ਟ੍ਰਾਇਲ ਤੇ ਹੁੰਦਾ ਫਿਰ ਕਿਸ ਤਰ੍ਹਾਂ ਹੈ ਗਿਆ ਫਿਰ ਉਹ ਤੋਂ ਬਾਅਦ ਕੀ ਹੈ ਕਿ ਜੇ ਅਦਾਲਤ ਸਾਡਾ ਜੇਲ੍ਹ ਹੈ ਤੇ ਉਹ ਕਿਸ ਤਰ੍ਹਾਂ ਹੈ ਗਿਆ ਅਸਲ ਦੇ ਵਿੱਚ ਭਾਵੇਂ ਆਪਾਂ ਤਫਤੀਸ਼ ਦੇ ਪੱਧਰ ਤੇ ਦੇਖੀਏ ਜਾਂ ਤਫਤੀਸ਼ ਦੀ ਗੱਲ ਕਰੀਏ ਇੱਥੇ ਤਫਤੀਸ਼ ਵੀ ਮੈਟਾਫਰ ਹੈ ਤਫਤੀਸ਼ ਇੱਕ ਜੁੜ ਜਿਹੜਾ ਸਾਡੇ ਜੁਡੀਸ਼ਰੀ ਦਾ ਪ੍ਰੋਸੈਸ ਨਹੀਂ ਹੈ ਜੁਡੀਸ਼ਰੀ ਦੀ ਪ੍ਰਕਿਰਿਆ ਨਹੀਂ ਹੈ ਨਿਆਂਸ਼ੀਲ ਦੀ ਪ੍ਰਕਿਰਿਆ ਹੁੰਦੇ ਹੋਏ ਵੀ ਇੱਕ ਆਪਣੇ ਆਪ ਦੇ ਵਿੱਚ ਪ੍ਰਤੀਕ ਹੈ ਤੁਸੀਂ ਹਰ ਰੋਜ਼ ਆਪਣੇ ਮਨ ਦੇ ਵਿੱਚ ਵੀ ਤਫ਼ਤੀਸ਼ ਕਰਦੇ ਹੋ ਆਪਣੇ ਮਨ ਦੇ ਵਿੱਚ ਵੀ ਨਿਆਂ ਕਰਦੇ ਹੋ ਵੀ ਕਿਹੜਾ ਕਿਸ ਤੇ ਜ਼ੁਲਮ ਕਰਦਾ ਇਹ ਉਸ ਇਸ ਪ੍ਰਤੀਕ ਦੇ ਵਿੱਚ ਉਹ ਸੋਡੇ ਮਨ ਤਾਂ ਨਿਆਂ ਵੀ ਸੋਨ ਨੂੰ ਵੀ ਲੱਗਦਾ ਕਿ ਜਿਹੜਾ ਨਿਆਂ ਕਹਿ ਰਿਹਾ ਇਹ ਨਿਆਂ ਨਹੀਂ ਹੈ ਇਹਨਾਂ ਨੇ ਉਹ ਸਾਰੇ ਨੂੰ ਇੱਕ ਨਾਵਲ ਦੇ ਬਿਰਤਾਂਤ ਵਿੱਚ ਬੰਨ ਕੇ ਦਿਖਾਇਆ ਕਿਹੜਾ ਦਿਖਾਇਆ ਜਿਹੜਾ ਸਾਡੇ ਮਨ ਦੇ ਵਿੱਚ ਵੀ ਜਿਹੜੀ ਤਫਤੀਸ਼ ਹੁੰਦੀ ਹੈ ਫਿਰ ਸਾਨੂੰ ਤਫਤੀਸ਼ ਕੀਤੀ ਜਾਂਦੀ ਹੈ ਤੀਜੀ ਤਫਤੀਸ਼ ਜਿਹੜੀ ਸਾਡੇ ਸਾਹਮਣੇ ਲੈ ਕੇ ਆਂਦੀ ਜਾਂਦੀ ਹੈ ਉਹ ਸਾਰੇ ਨੂੰ ਪਰ ਉਹ ਸਾਰੀ ਤਫਤੀਸ਼ ਕਿਸ ਤਰ੍ਹਾਂ ਇੱਕ ਬਾਲਦੀ ਹੋਈ ਅੱਗ ਦੀ ਤਰ੍ਹਾਂ ਸਾਡੇ ਸਾਹਮਣੇ ਆਈ ਹੈ ਸੰਤੁਲਿਤ ਮੰਦੇ ਜਿਹੇਹਨ ਦੇ ਵਿੱਚ ਉਪਜਣ ਵਾਲੇ ਵਿਚਾਰ ਉਹ ਹੋ ਸਕਦਾ ਭਾਗ ਨਹੀਂ ਬਣੇ ਉਸ ਅਗਰਾਹੀਂ ਸਿੱਖੇ ਜਾ ਰਹੇ ਹੈ ਇਸ ਕਰਕੇ ਉਸ ਨੇ ਉਸ ਯਥਾਰਤ ਨੂੰ ਪੇਸ਼ ਕੀਤਾ ਫਿਰ ਇਸੇ ਤਰ੍ਹਾਂ ਦੇ ਨਾਲ ਇਹਨਾਂ ਦਾ ਕਟੈਰਾ ਉਸੇ ਫਾਰਮ ਦੇ ਵਿੱਚ ਹੈ ਖਾਸ ਤੌਰ ਤੇ ਕੌਰ ਸਭਾ ਦੇ ਵਿੱਚ ਜਿਹੜੀ ਵਿਮਨ ਦੀ ਲੋਕੇਸ਼ਨ ਹੈ ਔਰਤ ਦੀ ਲੋਕੇਸ਼ਨ ਹੈ ਤਾਂ ਇਸ ਲਈ ਉਸ ਜਿਹੜਾ ਸੱਚ ਹੈ ਉਹ ਸੱਚ ਨੂੰ ਇਹਨਾਂ ਨੇ ਦੋਨਾਂ ਪੱਤਰਾਂ ਤੇ ਪੇਸ਼ ਕੀਤਾ ਫਿਰ ਸਾਡੇ ਮੰਨ ਦੇ ਤਰਤਲ ਦੇ ਵੀ ਪੇਸ਼ ਕੀਤਾ ਫਿਰ ਸਾਡੇ ਸਮਾਜ ਦੇ ਤਰਤਲ ਦੇ ਪੇਸ਼ ਕੀਤਾ ਤੇ ਸਾਡੇ ਬਿਰਤਾਂਤ ਦੇ ਤਰਤਲ ਤੇ ਪੇਸ਼ ਕੀਤਾ ਇਸ ਦਾ ਹੀ ਅਗਲਾ ਰੂਪ ਸਾਡੇ ਕੋਲ ਸੁਧਾਰ ਕਰਿਆ ਇਹਨਾਂ ਨੇ ਆਪ ਵੀ ਜ਼ਿਕਰੀ ਕੀਤਾ ਸੁਧਾਰ ਕਰ ਕੋਈ ਸੁਧਾਰ ਕਰਨੀ ਇਹ ਸਾਡੇ ਨਾਵਲਕਾਰ ਤੇ ਸਾਡੇ ਕਵਿਤਰੀ ਕੀ ਹੈ ਖਾਸ ਗੁਣ ਕੀ ਹੈ ਤੇ ਇਹ ਅੱਜ ਦੇ ਪੰਜਾਬੀ ਸਾਹਿਤ ਦੀ ਇਹ ਸੁਰ ਨੂੰ ਫੜਦੇ ਆ ਉਹਦੀ ਨਬਜ਼ ਨੂੰ ਫੜਦੇ ਆ ਉਹਦੀ ਆਤਮਾ ਨੂੰ ਫੜਦੇ ਆ ਕੀ ਕਿ ਅਸੀਂ ਅੱਗ ਤੋਂ ਡਰਨਾ ਨਹੀਂ ਸਗੋਂ ਅੱਗ ਨੂੰ ਸਿੱਖਣਾ ਵੀ ਆ ਤੇ ਫਿਰ ਲੋਕਾਂ ਨੂੰ ਸੰਦੇਸ਼ ਦੇਣਾ ਕਿ ਜਿਹੜੀ ਬਲਰੀ ਅੱਗ ਹੈ ਉਹਨੂੰ ਅਸੀਂ ਕਿਵੇਂ ਬੁਝਾ ਸਕਦੇ ਆ ਇਹਦੇ ਬਾਰੇ ਇਹਨਾਂ ਨੇ ਬਹੁਤ ਅੱਛਾ ਲਿਖਿਆ ਅਰਥ ਬਾਰੇ ਕਿ ਅਰਥ ਪੁਸ਼ਤਾ ਲਈ ਛੱਡ ਦਿੱਤਾ ਇਹੀ ਇਹ ਕਵੀ ਅਰਥਪੂਸ਼ਤਾਂ ਲਈ ਛੱਡ ਰਿਹਾ ਹੈ ਇਹੀ ਪੰਜਾਬੀ ਲਿਟਰੇਚਰ ਆਪਣੇ ਅਰਥਪੂਸ਼ਤਾਂ ਲਈ ਛੱਡ ਰਿਹਾ ਹੈ ਸੋ ਜਿਸ ਤਰ੍ਹਾਂ ਦੀ ਸਾਡੀ ਮੀਤ ਹੋਰਾਂ ਦੀ ਨਾਵਲਕਾਰੀ ਹੈ ਔਰ ਅਮਰਜੀਤ ਕੋਮਲ ਹੋਰਾਂ ਦੀ ਕਾਵਕਾਰੀ ਹੈ ਉਸ ਨੇ ਜੋ ਇੱਕ ਸਾਡੇ ਸਾਹਮਣੇ ਮਾਹੌਲ ਬਣਾਇਆ ਤੁਸੀਂ ਉਸ ਨੂੰ ਹੋਰ ਸਮਝਾਇਆ ਇਹੀ ਕਲੋਚਕ ਦਾ ਫਰਜ਼ ਹੁੰਦਾ ਸੀ ਤੁਹਾਡੇ ਬਹੁਤ ਬਹੁਤ ਮਸ਼ਕੂਰ ਹੁਣ ਅਗਲਾ ਸੈਗਮੈਂਟ ਆ ਰਿਹਾ ਨਿੱਕੀਆਂ ਨਿੱਕੀਆਂ ਕਹਾਣੀਆਂ ਸਾਡੇ ਇਸ ਮੈਗਜ਼ੀਨ ਵਿੱਚ ਵੱਡੀ ਕਹਾਣੀ ਦੀ ਗੁੰਜਾਇਸ਼ ਨਹੀਂ ਕਿਉਂਕਿ ਸਕਰੀਨ ਤੇ ਮੈਗਜ਼ੀਨ ਹੈ ਮੈਂ ਆਪਣੇ ਉਸ ਲੇਖਕ ਦੋਸਤ ਨੂੰ ਬੁਲਾ ਰਿਹਾ ਕਰਮਵੀਰ ਸੂਰੀ ਜਿਨ੍ਹਾਂ ਨੇ ਨਿੱਕੀਆਂ ਗੱਲਾਂ ਵੱਡੀਆਂ ਗੱਲਾਂ ਮਾਇਆ ਜਾਲ ਕਹਾਣੀ ਸੰਗ੍ਰਹਿ ਲਿਖੇ ਪੰਜਾਬੀ ਮਿੰਨੀ ਕਹਾਣੀ ਤੇ ਕੇਂਦ੍ਰਿਤ ਹੋ ਕੇ ਪੰਜਾਬੀ ਮਿੰਨੀ ਕਹਾਣੇ ਦਾ ਨਿਕਾਸ ਤੇ ਵਿਕਾਸ ਲਿਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮਿੰਨੀ ਕਹਾਣੀ ਸਿਧਾਂਤ ਇਤਿਹਾਸ ਤੇ ਪ੍ਰਵਿਰਤੀਆਂ ਉਨਾਂ ਕੋਲੋਂ ਪ੍ਰੋਜੈਕਟ ਲਿਖਵਾਇਆ ਉਹਨਾਂ ਦੀਆਂ ਕਹਾਣੀਆਂ ਤੇ ਐਮਫਿਲ ਹੋਈ ਮਿੰਨੀ ਕਹਾਣ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਰੇਨਬੋ ਨਾਂ ਦੀ ਪੁਸਤਕ ਲਿਖੀ ਸੋ ਤੁਹਾਡੇ ਰੂਬਰੂ ਹੋਣਗੇ ਕਰਮਵੀਰ ਸੂਰੀ ਆਪਣੀਆਂ ਨਿੱਕੇ ਨਿੱਕੇ ਕਹਾਣੀਆਂ ਸੁਣਾਉਣਗੇ ਖੁਦ ਵੱਡੇ ਲੇਖਕ ਹੋਣ ਤੋਂ ਇਲਾਵਾ ਇਹ ਲੇਖਕਾਂ ਦੇ ਵੱਡੇ ਪਰਿਵਾਰ ਨਾਲ ਵੀ ਸਬੰਧਤ ਨੇ ਇਹ ਬੜੇ ਖੁਸ਼ਕਿਸਮਤ ਨੇ ਉਸ ਘਰ 'ਚ ਪੈਦਾ ਹੋਏ ਜਿੱਥੇ ਦਾਦਾ ਜੀ ਨਾਨਕ ਸਿੰਘ ਨਾਵਲਕਾਰ ਤੇ ਪਿਤਾ ਜੀ ਕਰਤਾਰ ਸਿੰਘ ਸੂਰੀ ਕਹਾਣੀਕਾਰ ਤੇ ਲੋਕ ਚੱਕਰਮਵੀਰ ਸੂਰੀ ਮੈਂ ਛੋਟੀਆਂ-ਛੋਟੀਆਂ ਮਿੰਨੀ ਕਹਾਣੀਆਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗਾ। ਇੱਕ-ਇੱਕ ਮਿੰਟ ਦੀ ਹੋਣਗੀਆਂ। ਪਹਿਲੀ ਮਿੰਨੀ ਕਹਾਣੀ ਹੈ ਜੀ ਗੱਡੀ ਨਹੀਂ ਤੁਰੀ। ਉਸ ਪੁਰਬੀਏ ਨੇ ਕੱਲ ਆਪਣੇ ਦੇਸ਼ ਜਾਣਾ ਹੈ। ਸਾਰੇ ਸਾਲ ਦੀ ਕਮਾਈ ਆਪਣੀ ਲੁਗਾਈ ਦੀ ਤਲੀ ਤੇ ਜਾ ਕੇ ਰੱਖਣੀ ਹੈ। ਬੱਚਿਆਂ ਨੂੰ ਖਿਡੌਣੇ ਦੇਣੇ ਹਨ। ਸਾਰੀ ਰਾਤ ਉਹ ਇਨ੍ਹਾਂ ਸੋਚਾਂ ਵਿੱਚ ਹੀ ਸੌ ਨਹੀਂ ਸਕਿਆ। ਕਲੇਜੇ ਦੇ ਤੁਰੰਦਰ ਇੱਕ ਕਾਹਲ ਜੀ ਹੈ। ਚਟਪਟ ਪਰਿਵਾਰ ਵਿੱਚ ਜਾ ਸ਼ਾਮਲ ਹੋਵੇ ਸਵੇਰੇ ਜਲਦੀ ਉੱਠ ਕੇ ਉਹ ਸਟੇਸ਼ਨ ਤੇ ਅਪੜ ਗਿਆ ਚਾਹ ਨਹੀਂ ਸੀ ਪੀ ਕੇ ਆਇਆ ਸੋਚਿਆ ਚਲੋ ਇੱਕ ਕੱਪ ਚਾਹ ਹੀ ਪੀ ਲਈਏ ਕੱਪ ਚਾਹ ਦਾ ਲਿਆ ਤੇ ਪੀਣ ਲੱਗਾ ਚਾਹ ਕਾਫੀ ਗਰਮ ਸੀ ਗੱਡੀ ਦਾ ਟਾਈਮ ਵੀ ਹੋ ਗਿਆ ਸੀ ਉਸ ਨੇ ਜਲਦੀ ਜਲਦੀ ਟੁੱਟੇ ਲਾਉਣੇ ਸ਼ੁਰੂ ਕਰ ਦਿੱਤੇ ਉਧਰ ਚਾਹ ਵਾਲਾ ਜਲਦੀ ਕੱਪ ਖਾਲੀ ਕਰਨ ਲਈ ਕਹਿ ਰਿਹਾ ਸੀ ਅਤੇ ਟੁੱਟੇ ਪੈਸਿਆਂ ਦੀ ਮੰਗ ਕਰ ਰਿਹਾ ਸੀ ਪੂਰਬੀ ਨੇ ਆਪਣੀ ਗੱਠੜੀ ਤੇ ਪੀਪਾ ਪਹਿਲਾਂ ਹੀ ਡੱਬੇ ਵਿੱਚ ਰੱਖ ਦਿੱਤੇ ਹੋਏ ਸਨ ਤਾਂ ਕਿ ਚੜਨ 'ਚ ਆਸਾਨੀ ਰਹੇਗੀ ਉਸਨੇ ਸੋਚਿਆ ਪੈਸੇ ਪੂਰੇ ਦੇਣੇ ਹਨ ਤਾਂ ਕਿਉਂ ਇੱਕ ਘੁੱਟਵੀ ਛੱਡਿਆ ਜਾਵੇ ਅਖੀਰਲਾ ਵੱਡਾ ਘੁੱਟ ਉਸਨੇ ਪੂਰੇ ਜ਼ੋਰ ਨਾਲ ਅੰਦਰ ਸੁਟ ਲਿਆ ਤਾਂ ਉਹ ਸਿੱਧਾ ਸਾਹ ਦੀ ਨਾੜੀ ਚਲਾ ਗਿਆ ਉਸ ਨੂੰ ਇੱਕੋ ਹੱਥੂ ਆਇਆ ਤੇ ਉੱਥੇ ਹੀ ਡਿੱਗ ਪਿਆ ਚਾਹ ਵਾਲਾ ਪੈਸਿਆਂ ਲਈ ਰੌਲਾ ਪਾ ਰਿਹਾ ਸੀ ਗੱਡੀ ਅਜੇ ਵੀ ਖੜੀ ਸੀ ਗਠੜੀ ਤੇ ਪੀਪੀ ਉੱਥੇ ਹੀ ਪਏ ਰਹਿ ਗਏ ਸਨ ਲੇਕਿਨ ਪੁਰਬੀਆ ਪਹਿਲਾਂ ਹੀ ਚਲਾ ਗਿਆ ਦੂਸਰੀ ਮਿੰਨੀ ਕਹਾਣੀ ਹੈ ਜੀ ਸਵੈਟਰ ਦਸੰਬਰ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਕਾਫੀ ਠੰਡ ਹੈ ਉਸ ਬੈਂਕ ਮੈਨੇਜਰ ਨੇ ਆਪਣੇ ਚਪੜਾਸੀ ਨੂੰ ਬਿਨਾ ਸਵੈਟਰ ਆਉਂਦੇ ਦੇਖਿਆ ਤਾਂ ਉਸ ਨੂੰ ਬੜਾ ਤਰਸ ਆਇਆ ਉਸ ਨੇ ਮਨ 'ਚ ਸੋਚਿਆ ਕਿ ਆਪਣਾ ਇੱਕ ਪੁਰਾਣਾ ਸਵੈਟਰ ਉਸ ਨੂੰ ਦੇ ਦੇਣਾ ਚਾਹੀਦਾ ਹੈ ਜਿਹੜਾ ਉਸ ਦੀ ਢਲਦੀ ਸਿਹਤ ਕਰਕੇ ਢਿੱਲਾ ਪੈ ਗਿਆ ਸੀ ਵੈਸੇ ਉਹਗੇ ਵੀ ਇਕਾ ਦੁੱਕਾ ਕੱਪੜਾ ਉਸ ਨੂੰ ਦਿੰਦਾ ਰਹਿੰਦਾ ਸੀ ਉਸਨੇ ਘਰ ਆ ਕੇ ਉਸ ਨੂੰ ਸਵੈਟਰ ਲੈ ਜਾਣ ਵਾਸਤੇ ਆਖ ਦਿੱਤਾ ਮੈਨੇਜਰ 2 ਮਹੀਨੇ ਬਾਅਦ ਰਿਟਾਇਰ ਹੋਣ ਵਾਲਾ ਸੀ ਜਦੋਂ 2-3 ਦਿਨਾਂ ਤੱਕ ਉਹ ਨਾ ਲੈਣ ਆਇਆ ਤਾਂ ਉਸਨੇ ਹਾਰ ਕੇ ਇੱਕ ਵਾਰ ਫਿਰ ਉਸ ਨੂੰ ਆਖਿਆ ਬੇਨਤੀ ਕੀਤੀ ਕਿ ਭਾਈ ਸਵੈਟਰ ਆ ਕੇ ਲੈ ਜਾ ਉਸਨੇ ਆਪਣੀ بیوی ਨੂੰ ਕਿਹਾ ਹੋਇਆ ਸੀ